ਸਾਡੇ ਬਹੁਤ ਹੀ ਸਤਿਕਾਰਯੋਗ ਕਾਲਜ ਦੇ ਪ੍ਰਿੰਸੀਪਲ ਡਾਕਟਰ ਗੁਰਪਿੰਦਰ ਸਿੰਘ ਸਮਰਾ ਜੀ ਅੱਜ ਦੇ ਲੈਕਚਰ ਦੇ ਜੋ ਮੁੱਖ ਵਕਤਾ ਨੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਾਜਰ ਸਿੰਘ ਜੀ ਉਹਨਾਂ ਦੇ ਨਾਲ ਆਏ ਹੋਏ ਵੱਖ ਵੱਖ ਜੋ ਸ਼ਖਸੀਅਤਾਂ ਨੇ ਸਰਦਾਰ ਮੱਲ ਸਿੰਘ ਰਧਾਵਾ ਮਸੰਦਾ ਉਹਨਾਂ ਦੇ ਨਾਲ ਸਰਦਾਰ ਚੇਤਨ ਸਿੰਘ ਜੀ ਜੋ ਡਾਇਰੈਕਟਰ ਨੇ ਸਾਬਕਾ ਡਾਇਰੈਕਟਰ ਨੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਤੋਂ ਸੁਰਿੰਦਰ ਸਿੰਘ ਮਕਸੂਦਪੁਰੀ ਇਹ ਬਹੁਤ ਚੰਗੇ ਕਵੀ ਨੇ ਸਰਦਾਰ ਫਕੀਰ ਚੰਦ ਜੀ ਅਤੇ ਸਰਦਾਰ ਸੁਰਜੀਤ ਸਿੰਘ ਜੀ ਆਪ ਸਭ ਨੂੰ ਇਸ ਪ੍ਰੋਗਰਾਮ ਦੇ ਵਿੱਚ ਇਸ ਲੈਕਚਰ ਦੇ ਵਿੱਚ ਜੀ ਆਇਆਂ ਅੱਜ ਦੇ ਲੈਕਚਰ ਦੇ ਬਾਰੇ 'ਚ ਗੱਲ ਕਰਦਿਆਂ ਮੈਂ ਇਹ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਜੋ ਸਰਦਾਰ ਨਾਜਰ ਸਿੰਘ ਹੋਣੀ ਨੇ ਇਹਨਾਂ ਨੇ ਪੰਜਾਬੀ ਭਾਸ਼ਾ ਦੇ ਮੁਤਲਕ ਜਿਹੜੀ ਆਪਣੇ ਦ੍ਰਿਸ਼ਟੀਕੋਣ ਤੋਂ ਜਿਹੜੀ ਖੋਜ ਹੈ ਉਹ ਕੀਤੀ ਹੈ ਅਤੇ ਉਸ ਖੋਜ ਨੇ ਜਿਹੜਾ ਸਾਡੇ ਦਿਮਾਗ ਦੇ ਵਿੱਚ ਇੱਕ ਪਹਿਲਾਂ ਵਿਚਾਰ ਸੀ ਕਿ ਜੋ ਪੰਜਾਬੀ ਭਾਸ਼ਾ ਹੈ ਉਹ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਸੰਸਕ੍ਰਿਤ ਤੋਂ ਨਿਕਲੀ ਔਰ ਵੱਖ ਵੱਖ ਪ੍ਰਕਿਰਤਾਂ ਔਰ ਅਪਭ੍ਰੰਸ਼ਾਂ ਦੇ ਵਿੱਚ ਦੀ ਗੁਜ਼ਰਦੀ ਹੋਈ ਅੱਜ ਪੰਜਾਬੀ ਦੇ ਰੂਪ ਦੇ ਵਿੱਚ ਆਈ ਹੈ ਲੇਕਿਨ ਜਦੋਂ ਸਰਦਾਰ ਨਾਜਰ ਸਿੰਘ ਹੋਰੀ ਪੰਜਾਬੀ ਦਾ ਅਧਿਐਨ ਕਰਦੇ ਨੇ ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਪੰਜਾਬੀ ਦਾ ਸੰਸਕ੍ਰਿਤ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਇਹ ਸੁਤੰਤਰ ਰੂਪ ਦੇ ਵਿੱਚ ਆਪਣੇ ਆਪ ਜਿੱਦਾਂ ਦੂਜੀਆਂ ਭਾਸ਼ਾਵਾਂ ਜਿਹੜੀਆਂ ਨੇ ਉਹ ਵਿਕਸਿਤ ਹੋਈਆਂ ਇਹ ਸੁਤੰਤਰ ਰੂਪ ਦੇ ਵਿੱਚ ਇਹ ਸੰਸਕ੍ਰਿਤ ਤੋਂ ਨਹੀਂ ਉਪਜੀ ਇਹ ਆਪਣੇ ਆਪ ਦੇ ਵਿੱਚ ਇੱਕ ਭਾਸ਼ਾ ਹੈ ਤਾਂ ਬਾਕੀ ਗੱਲਾਂ ਅਸੀਂ ਲਗਾਤਾਰ ਕਰਦੇ ਰਵਾਂਗੇ ਸਭ ਤੋਂ ਪਹਿਲਾਂ ਮੈਂ ਅੱਜ ਆਏ ਹੋਏ ਜੋ ਸਾਡੇ ਮੁੱਖ ਵਕਤਾ ਨੇ ਉਹਨਾਂ ਨੂੰ ਅਸੀਂ ਫੁੱਲਾਂ ਦੇ ਨਾਲ ਜੀ ਆਇਆਂ ਵੀ ਕਹਿਣਾ ਜ਼ਿਆਦਾ ਸਮਾਂ ਜਿਹੜਾ ਉਹ ਮੈਂ ਨਹੀਂ ਲਵਾਂਗਾ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਗੁਰਪਿੰਦਰ ਸਿੰਘ ਸਮਰਾ ਜੀ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਉਹ ਅੱਜ ਦੇ ਵਕਤਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਨੂੰ ਜੀ ਆਇਆਂ ਕਹਿਣ ਹੁਣ ਮੈਂ ਪ੍ਰਿੰਸੀਪਲ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਕਿ ਆਪਣੇ ਕਾਲਜ ਦਾ ਯਾਦਗਾਰੀ ਚਿੰਨ੍ਹ ਸਰਦਾਰ ਨਾਜਰ ਸਿੰਘ ਹੋਣਾ ਨੂੰ ਪੇਂਟ ਕਰਨ ਬਹੁਤ ਬਹੁਤ ਸ਼ੁਕਰੀਆ ਪ੍ਰਿੰਸੀਪਲ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਗੱਲ ਅੱਗੇ ਵਧਾਈਏ ਮੈਂ ਆਪਣੇ ਕਾਲਜ ਦੇ ਸਤਿਕਾਰਯੋਗ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਗੁਰਪਿੰਦਰ ਸਿੰਘ ਸਮਰਾ ਜੀ ਨੂੰ ਕਹਾਂਗਾ ਕਿ ਉਹ ਜੀ ਆਇਆਂ ਸ਼ਬਦਾਂ ਦੇ ਨਾਲ ਮੁਖਾਤਮ ਹੋਣ ਔਰ ਅੱਜ ਦੇ ਮੁੱਖ ਬੁਲਾਰੇ ਨੂੰ ਜੀ ਆਇਆਂ ਕਹਿਣ ਪ੍ਰਿੰਸੀਪਲ ਸਾਹਿਬ ਆਪਾਂ ਸਾਰੇ ਜਾਣਦੇ ਹਾਂ ਕਿ ਦੋ ਦਿਨਾਂ ਬਾਅਦ ਸਾਡਾ ਸਾਰਿਆਂ ਦਾ ਪਵਿੱਤਰ ਤਿਉਹਾਰ ਦਿਵਾਲੀ ਹੈ ਅਤੇ ਆਪਾਂ ਬੜੀ ਉੱਚੀ ਉੱਚੀ ਬੜੀ ਜ਼ੋਰ ਨਾਲ ਬੜੇ ਫਕਰ ਨਾਲ ਇਹ ਆਮ ਕਹਿੰਦੇ ਹਾਂ ਕਿ ਉਸ ਦਿਨ ਦੀਵੇ ਰੁਸ਼ਨਵਾਏ ਜਾਣਗੇ ਅਤੇ ਇੱਕ ਨਵੀਂ ਰੋਸ਼ਨੀ ਜਿਹੜੀ ਉਹ ਇਸ ਪੰਜਾਬ ਨੂੰ ਇਸ ਦੇਸ਼ ਨੂੰ ਇਸ ਦੁਨੀਆ ਨੂੰ ਜਾਊਗੀ ਪਰ ਮੈਨੂੰ ਲੱਗਦਾ ਜਿਹੜਾ ਪੰਜਾਬੀ ਡਿਪਾਰਟਮੈਂਟ ਦਾ ਅੱਜ ਦਾ ਉਪਰਾਲਾ ਆ
ਇਹ ਰੀਅਲ ਦਿਵਾਲੀ ਦੀ ਰੁਸ਼ਨਾਈ ਨੂੰ ਦੇਣ ਦੇ ਲਈ ਯੋਗ ਹੋਊਗਾ। ਔਰ ਘੱਟੋ ਘੱਟ ਇਹ ਮੈਂ ਕਹਿੰਦਾ ਜਿਹੜੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ, ਜਿਨ੍ਹਾਂ ਦੇ ਮਨਾਂ 'ਚ ਤਾਂਗ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਕਿੱਥੋਂ ਸ਼ੁਰੂ ਹੋਈ ਹੈ, ਉਹ ਸੰਬੰਧੀ ਜਿਹੜਾ ਉਪਰਾਲਾ ਕੀਤਾ ਗਿਆ ਆ ਪੰਜਾਬੀ ਡਿਪਾਰਟਮੈਂਟ ਵੱਲੋਂ, ਉਹ ਬੜਾ ਸ਼ਲਾਘਾਯੋਗ ਆ। ਅਤੇ ਉਸ ਸ਼ਲਾਘਾਯੋਗ ਕਦਮ ਦੇ ਅੰਦਰ ਅੱਜ ਦੇ ਮੁੱਖ ਵਕਤਾ ਰਿਸੋਰਸ ਪਰਸਨ ਸਰਦਾਰ ਨਾਜਰ ਸਿੰਘ ਜੀ ਔਰ ਸਰਦਾਰ ਚੇਤਨ ਸਿੰਘ ਜੀ, ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਪੰਜਾਬੀ ਸਾਹਿਤ ਨੂੰ, ਪੰਜਾਬੀ ਕਾਵਿ ਨੂੰ ਪਿਆਰ ਕਰਦੇ ਨੇ ਔਰ ਤਤਪਰ ਰਹਿੰਦੇ ਨੇ ਕਿ ਪੰਜਾਬੀਅਤ ਨੂੰ ਹਮੇਸ਼ਾ ਬੁਲੰਦੀਆਂ ਵੱਲ ਲੈ ਕੇ ਜਾਈਏ। ਅਤੇ ਉਹਨਾਂ ਦੇ ਨਾਲ ਡਾਕਟਰ ਮੰਡ HOD ਪੰਜਾਬੀ ਡਿਪਾਰਟਮੈਂਟ, ਡਾਕਟਰ ਨਾਗਰਾ, ਡਾਕਟਰ ਹਰਜਿੰਦਰ ਸਿੰਘ ਔਰ ਲਾਇਲਪੁਰ ਖਾਲਸਾ ਕਾਲਜ ਦੇ ਉਹ ਵਿਦਿਆਰਥੀ ਜਿਹੜੇ ਆਪਣੇ ਮਨ 'ਚ ਇਹ ਜ਼ਰੂਰ ਰੱਖਦੇ ਨੇ ਵੀ ਅਸੀਂ ਆਪਣੇ ਪ੍ਰਾਂਤ ਲਈ, ਆਪਣੇ ਦੇਸ਼ ਲਈ ਸਮਰਪਿਤ ਹੈ ਔਰ ਜਾਣਨਾ ਚਾਹੁੰਦੇ ਹਾਂ ਅਸੀਂ ਕਿ ਸਾਡੇ ਪ੍ਰਾਂਤ ਜਾਂ ਸਾਡੇ ਦੇਸ਼ ਦੀ ਐਗਜੈਕਟ ਜਿਹੜੀ ਇਤਿਹਾਸ ਉਹ ਕੀ ਆ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੀਆਂ ਕਹਿਣਾ ਔਰ ਬੜੀ ਸੁਚੱਜੀ ਗੱਲ ਹੈ, ਬੜੀ ਚੰਗੀ ਗੱਲ ਹੈ ਕਿ ਅੱਜ ਅਸੀਂ ਉਸ ਪਰਸਨੈਲਿਟੀ ਦੇ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੂੰ ਪੰਜਾਬੀ ਦਾ ਮੋਢੀ ਜਾਂ ਪੰਜਾਬੀ ਦੀ ਰਿਸਰਚ ਬਾਰੇ ਮੋਢੀ ਤੌਰ 'ਤੇ ਜਾਣਿਆ ਜਾਂਦਾ, ਸਰਦਾਰ ਨਾਜਰ ਸਿੰਘ ਜੀ। ਔਰ ਬੜੀ ਪਕੜ ਆ ਉਹਨਾਂ ਦੀ ਇਸ ਲੈਂਗੁਏਜ ਦੇ ਉੱਪਰ ਔਰ ਕੁਛ ਗੱਲਾਂ ਸਾਡੀਆਂ ਥੱਲੇ ਹੋਈਆਂ ਉਹਦੇ ਤੋਂ ਇਹ ਕਲੀਅਰ ਹੈ ਮੇਰੇ ਮਨ 'ਚ ਕਿ ਇੱਦਾਂ ਦੀ ਪਰਸਨੈਲਿਟੀ ਵੈਰੀ ਰੇਅਰ ਹੈ ਔਰ ਤੁਸੀਂ ਬਹੁਤ ਕੁਛ ਸਿੱਖੋਗੇ ਅੱਜ ਦੇ ਲੈਕਚਰ ਤੋਂ। ਮੈਂ ਕਹਿੰਦਾ ਜ਼ਰੂਰ ਤੁਹਾਡੇ ਲਈ ਇੱਕ ਦਿਵਾਲੀ ਤੋਂ ਪਹਿਲਾਂ ਇੱਦਾਂ ਦਾ ਗਿਫਟ ਹੈ, ਜੇ ਤੁਸੀਂ ਆਪਣੇ ਮਨ 'ਚ ਵਸਾਓਗੇ ਤਾਂ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਪੰਜਾਬ ਨੂੰ, ਆਪਣੇ ਦੇਸ਼ ਨੂੰ ਹੋਰ ਮੁਹੱਬਤ ਕਰਨ ਲੱਗ ਜਾਓਗੇ, ਜਿਹੜਾ ਕਿ ਸਾਡਾ ਟੀਚਾ ਆ। ਸੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ, ਜੀਆਂ ਵੀ ਕਹਿੰਦਾ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਪ੍ਰਿੰਸੀਪਲ ਸਾਹਿਬ। ਵਿਦਿਆਰਥੀਓ, ਇੱਕ ਗੱਲ ਮੈਂ ਸਾਂਝੀ ਕਰਨਾ ਚਾਹੁੰਦਾ ਕਿ ਸਰਦਾਰ ਨਾਜਰ ਸਿੰਘ ਹੁਣਾਂ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਪਏ ਸੀ ਅਤੇ ਉਹਨਾਂ ਨੇ ਇਹ ਕਿਹਾ ਕਿ ਲਗਭਗ 60-65 ਸਾਲ ਹੋ ਗਏ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਅਧਿਐਨ ਹੈਗਾ ਪੰਜਾਬੀ ਭਾਸ਼ਾ ਦਾ ਉਹਦੇ ਨਾਲ ਜੁੜੇ ਹੋਏ ਨੇ। ਅਤੇ ਇਹਨਾਂ ਦਾ ਪੰਜਾਬੀ ਭਾਸ਼ਾ ਦੇ ਅਧਿਐਨ ਦੇ ਨਾਲ ਜੁੜਨ ਦਾ ਇੱਕ ਜਿਹੜਾ ਨਾ ਇੱਕ ਵਾਕਿਆ ਹੋਇਆ ਔਰ ਉਸ ਵਾਕਿਆ ਨੇ ਇਹਨਾਂ ਨੂੰ ਮਜਬੂਰ ਕੀਤਾ ਕਿ ਇਹ ਪੰਜਾਬੀ ਭਾਸ਼ਾ ਦੇ ਅਧਿਐਨ ਦੇ ਨਾਲ ਜੁੜਨ, ਕਿਉਂਕਿ ਇਹ ਦੱਸ ਰਹੇ ਸੀ ਕਿ ਲੁਧਿਆਣੇ ਦੇ ਵਿੱਚ ਇਹ ਕਿਤੇ ਜਾ ਰਹੇ ਸਨ ਔਰ ਉੱਥੇ ਹਵਨ ਹੋ ਰਿਹਾ ਸੀ ਅਤੇ ਹਵਨ ਦੇ ਜਿਹੜੇ ਸ਼ਲੋਕ ਪੜ੍ਹੇ ਜਾ ਰਹੇ ਸਨ ਇਹ ਕਹਿੰਦੇ ਜੀ ਮੈਂ ਬੜੀ ਬਰੀਕ ਬੀਨੀ ਨਾਲ ਬੜੀ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਉਹਨਾਂ ਦੇ ਵਿੱਚੋਂ ਕੁਝ ਵੀ ਸਮਝ ਜਿਹੜਾ ਉਹ ਨਹੀਂ ਪਿਆ, ਕਿਉਂਕਿ ਉਹ ਸੰਸਕ੍ਰਿਤ ਦੇ ਵਿੱਚ ਸਨ ਔਰ ਇਹ ਪੰਜਾਬੀ ਬੋਲਦੇ ਸਨ। ਫਿਰ ਕਹਿ ਰਹੇ ਨੇ ਕਿ ਇਹਨਾਂ ਕਿਹਾ ਕਿ ਮੇਰੇ ਮਨ ਦੇ ਵਿੱਚ ਆਇਆ ਕਿ ਜੇਕਰ ਪੰਜਾਬੀ ਦਾ ਨਾਤਾ ਸੰਸਕ੍ਰਿਤ ਦੇ ਨਾਲ ਹੈ ਤਾਂ ਫਿਰ ਬਹੁਤਾ ਨਹੀਂ ਤਾਂ ਕੁਝ ਥੋੜ੍ਹਾ ਜਿਹਾ ਤਾਂ ਸਮਝ ਲੱਗਣੀ ਚਾਹੀਦੀ ਹੈ ਨਾ, ਸਾਨੂੰ ਥੋੜ੍ਹੀ ਬਹੁਤੀ ਸਮਝ ਲੱਗਣੀ ਚਾਹੀਦੀ ਹੈ। ਜੇ ਸਮਝ ਨਹੀਂ ਲੱਗਦੀ ਤਾਂ ਇਹਦਾ ਮਤਲਬ ਇਹ ਹੈਗਾ ਕਿਤੇ ਨਾ ਕਿਤੇ ਖਲਾਅ ਜ਼ਰੂਰ ਹੈ। ਔਰ ਇਹਨਾਂ ਨੇ ਲਗਭਗ ਇਹ ਜਿਹੜਾ ਵਾਕਿਆ ਹੋਇਆ ਸੀ ਇਹ ਲੁਧਿਆਣੇ ਦੇ ਵਿੱਚ ਹੋਇਆ ਸੀ ਔਰ 1958 ਦੀ ਇਹ ਗੱਲ ਹੈ ਔਰ ਉਦੋਂ ਤੋਂ ਫਿਰ ਇਹ ਪੰਜਾਬੀ ਭਾਸ਼ਾ ਦੇ ਅਧਿਐਨ ਦੇ ਨਾਲ ਜੁੜੇ ਹੋਏ ਨੇ ਔਰ ਇਹ ਹੁਣ ਵੀ ਇਹ ਕਹਿ ਰਹੇ ਸਨ ਕਿ ਜੋ ਪੰਜਾਬੀ ਭਾਸ਼ਾ ਹੈ ਉਹ ਸੰਸਕ੍ਰਿਤ ਦੇ ਨਾਲੋਂ ਬਿਲਕੁਲ ਵੱਖਰੀ ਆ ਔਰ ਉਹਦੇ ਨਾਲ ਇਸ ਦਾ ਕੋਈ ਵੀ ਰਿਸ਼ਤਾ ਨਹੀਂ ਹੈਗਾ। ਕਿਵੇਂ ਇਸ ਗੱਲ ਨੂੰ ਦੇਖਦੇ ਨੇ ਅਸੀਂ ਇਹਨਾਂ ਦੀ ਜ਼ੁਬਾਨੀ ਸੁਣਾਂਗੇ। ਇਹਨਾਂ ਦੇ ਨਾਲ ਜਿਵੇਂ ਮੈਂ ਪਹਿਲਾਂ ਜੀਆਂ ਕਹਿ ਚੁੱਕਿਆ ਵਾਂ, ਨਾਲ ਆਏ ਹੋਏ ਨੇ ਸਰਦਾਰ ਮੱਲ ਸਿੰਘ ਜੀ ਰੰਧਾਵਾ ਮਸੰਦਾ ਤੋਂ। ਮੱਲ ਸਿੰਘ ਜਿਹੜੇ ਨੇ ਇਹ ਵੀ ਲੇਖਕ ਨੇ ਔਰ ਇਹ ਪੁਸਤਕਾਂ ਲਿਖਦੇ ਨੇ। ਇਹਨਾਂ ਨੇ ਹੁਣ ਤੱਕ 4 ਕਿਤਾਬਾਂ ਜਿਹੜੀਆਂ ਉਹ ਲਿਖੀਆਂ ਹੋਈਆਂ ਨੇ। ਪਹਿਲੀ ਕਿਤਾਬ ਹੈਗੀ ਹੈ ਕਿ ਡਾਕਟਰ ਅੰਬੇਦਕਰ ਸਿੱਖ ਕਿਉਂ ਨਾ ਬਣ ਸਕੇ ਔਰ ਇਸ ਦਾ ਦੋਸ਼ੀ ਕੌਣ ਆ। ਪਹਿਲੀ ਕਿਤਾਬ ਇਹਨਾਂ ਦੀ ਇਹ ਹੈ, ਇਹ ਪੜ੍ਹਨ ਯੋਗ ਕਿਤਾਬਾਂ ਨੇ ਇਹਨਾਂ ਦੀਆਂ। ਦੂਸਰੀ ਕਿਤਾਬ ਹੈਗੀ ਜੀ ਸਿੱਖ ਮਿਸ਼ਨ ਅਤੇ ਡਾਕਟਰ ਅੰਬੇਦਕਰ।
तीसरी किताब है इन्हां दी गुरु गोबिंद सिंह जी दा नादी पुत्र बंदा सिंह बहादुर। तो जिहड़ी चौथी किताब है ये तीन ग्रंथां दे आधार ते लिखी हुई है, मन की कटिया मैल, जिहदे विच इन्हां ने एक तां जो आधार बनाया कुरान शरीफ नूं, पवित्र कुरान नूं और पवित्र बाइबल नूं, और नाल एक ग्रंथ हैगा जी बुद्ध ते उसदा धर्म जो डॉक्टर अंबेडकर जी की लिखी हुई है। ये तीन जिहड़े ग्रंथ हैगे ने इन्हां दे आधार दे उत्ते इन्हां ने ये किताबां लिखियां हुई ने। डॉक्टर चेतन सिंह जी हुण जिहड़े ने ये बहुत देर तक डायरैक्टर दे अहुदे ते रह के ते पंजाबी भाषा विभाग पटियाला उत्थे पंजाबी दी सेवा करदे रहे ने, और इन्हां ने भी वक्ख वक्ख उपराले कीते ने कि पंजाबी नूं असीं इहदा विकास किस तरह किया जा सके, लोगों हर मन प्यारी किदां हो सके। ज़्यादा समा जिहड़ा वह मैं नहीं लवांगा, हुण मैं अज दे मुख वक्ता सरदार नाजर सिंह होणा नूं यह बेनती करांगा कि वो इस मंच ते आउण, डाइस ते आउण ते अपने विचार जिहड़े ने उह सरोतियां नाल सांझे करन। सरदार नाजर सिंह वाहेगुरू जी का खालसा, वाहेगुरू जी की फतेह। आज दा इकट्ठ या समागम पंजाबी दे बारे में हो रहा है, जिहदे विच मैनू मौका दिता कि वह भी इहदे बारे कुछ दसण। प्रिंसीपल साहब होरां ने जी दस्या कि पंजाब नूं अज रोशनी की लोड़ है, जिवें दिवाली जिहड़ी है वो तो रोशनी हुंदी है, तो जिहड़ा अज सानू लोड़ है पंजाब नूं उस रोशनी की लोड़ है, जिस तरह की देवियां की दिवाली मना के रोशनी करदे हैं। हर फील्ड विच पंजाब वासियां नूं रोशनी की लोड़ है, ये नहीं कि एक फील्ड विच। हुण असीं अपने असल सबजैक्ट बारे आउंदे हैं, कुछ नुक्ते मैं नोट किए ने, जिमें पंजाबी का मुढ़ यानी इतिहास, पंजाबी बोलण वाले लोग, पंजाबी का दर्जा, पंजाबी बोली का ग्रुप, पंजाबी बोली संस्कृत के प्रकिरतां तो नहीं बनी, पंजाबी बोली संबंधी संस्कृत प्रकिरतां ते द्रावड़ियन तो विकसित थ्यूरी नहीं है, इंडो यूरोपियन बोलियां, इंडो रानियन बोलियां, टा वर्गी नहीं वालियां बोलियां, वर्गां दे चौथे अखरां दे नां होण वालियां बोलियां, डबल जेंडर क्रियावां वालियां बोलियां, गुरमुखी अते शाहमुखी अखर। हुण असीं पहले नुक्ते ते आउंदे हाँ, वो है पंजाबी दा मुढ। सानू पंजाबी दे इतिहास जिहड़े लिखे गए ने उन्हां विच कोई बहुता चानणा नहीं मिलदा, क्योंकि पंजाब जिहड़ा आ ये धाड़वियां दा अड्डा रहा, बाहरों लोग इत्थे धाड़वी आउंदे रहे ने, साडे कल्चर नाल, साडी बोली नाल, ते साडी राजनीति नाल, ते साडे धर्म नाल मजाक करते रहे ने, भाव पैर थले रोलते रहे ने। सब तो पहला जिहड़ा इत्थे ग्रुप बाहरला धाड़वियां दा आया वो आर्यन ग्रुप है, क्योंकि डॉक्टर राधा कृष्ण साहब होए ने साडे प्रेजिडेंट साहब, उन्हां दी किताब आ इंडियन फिलोसफी, उन्होंने वो
पहले चैप्टर च दिता है कि जदों आर्या इंडिया में दाखिल होए ने तो उन्होंने तीन वर्ण सन चौथा वर्ण उन्होंने इत्थे दे हारे हुए लोगों नूं शूद्र नाम का दिता। इहदे बारे च डॉक्टर एक होए ने जिन्होंने द्रावड़ीन ग्रैमर ते काम किया है कालडविल, उहदे विच सत्रैबो की एक मिसाल दित्ती है उन्होंने शूद्र बारे। वो कहिंदे ने कि जिहड़ा शूद्र है ये कबीला सी, इस कबीले की सब तो पहला मुठभेड़ इस कबीले शूद्र नाल ही होई सी, ते होर भी कई कबीले पंजाब विच वसदे सन। हुण आर्या एक कबीले तो पिछों दूजे नूं हराउंदा गया, अखीर सारे कबीलियां नूं जित गया, ते सारियां नूं हारू लोग जिहड़े सन उन्हां नूं शूद्र नाम दित्ता उन्हां ने। पर मैं भी कई डिक्शनरियां बोलियां ने, संस्कृत इंग्लिश की डिक्शनरी ते होर जिहड़ियां ने, उहदे में शूद्र की आइटमालोजी नहीं मिलती। सिर्फ ये है कि डी ग्रेड लोग जिहड़े ने उन्हां नूं शूद्र कहा जाता, जबकि सत्रैबो का यह विचार है कि लोग भारत के पहले वसिंदे असल, तो सिंध घाटी तो हड़प्पे के वासी भी यही ने। पंजाबी बोली क्यों दवाई गई है? क्योंकि आर्यन लैंग्एज नहीं सी। ये आप जो फाइनोलॉजी की यदि गल करते हैं संस्कृत की, ये भी मेल नहीं खाता साडा, ग्रैमर की गल करते हैं तो भी ये मेल नहीं खाता। तो फिर भी साढ़े कई सज्जन जड़े ने जिन्होंने किताबां लिखिया भी ने उही दावा करी जा रहे हैं कि पंजाबी संस्कृत चों बनी है, पंजाबी संस्कृत चों बनी है, जबकि उन्होंने सवाल करो तो जवाब नहीं देंदे। मैं एक प्रोफेसर साहब दिल्ली यूनिवर्सिटी के प्रोफेसर प्रेम सिंह होंदे सी DSC भाषा विज्ञान के, मैं सवाल किया उन्होंने कि तुसीं कहिंदे हो कि संस्कृत पंजाबी दी जननी है, मैं इहदा विरोध करदा। जो कहिंदे किवें, मैनूं इह दसो कि पंजाबी दा किहड़ा रूप संस्कृत नाल मेल खांदा। कहिंदे मेल तां कोई नहीं खांदा। मैं तुसीं जिहड़ा दावा पेश कीता उह साबित नहीं कर सकदे, तुहाडे इस विच विरोधाभास है। फिर इक सवाल मैनूं भी करता कि पंजाबी विच इक दवंद है, मैं जी किहड़ा? कहिंदे ने कि जदों होसी जासी रूप भी है इहदे विच आउंदा, होवेगा होवेगी भी आउंदा, जावेगा जावेगी भी आउंदा। मैं कहा प्रोफेसर साहब, गुरु साहब दी ओह मां बोली सी जिच उन्हां ने बाणी दी रचना कीती है, ये जिहड़ी साडी म्यारी बोली जां स्टैंडर्ड लैंग्वेज है ये लाहौर डिवीजन दी है, इहदे विच रूप इवें चलदे ने। सो असीं उस नुक्ते ते फिर आईए कि क्यों दवाई गई, क्यों इतिहास नहीं मिलता। आर्या तो पिछों आने वाली कौमां दा भी देखो कि उन्होंने पंजाबी लागू कीती है नहीं कीती। जे इत्थे दी बोली सी, क्योंकि उन्होंने तो अपने राज नाल मतलब सी। फिर बुद्ध आए, अशोक ने राज कीता, पहला भी पंजाब का टैक्सला गवर्नर रहा, उहदा जिहड़ा शिलालेख है इत्थों शाहबाजगढ़ी पाकिस्तानी पंजाब तो मिलिया। वो डॉक्टर वीरसन ने उहदा रेफरेंस दिता अपनी किताब द पछाचा लैंग्वेज, उहदे विच कुछ शब्द इहो जिहे ने जे अज भी असीं पंजाबी च बोलदे हां, जिवें धी शब्द आ पंजाब विच अज भी बोलिया जांदा ते सिंध विच भी बोलिया जांदा, जबकि मगध दे विच जिहड़ा कि अशोक दा नेटिव लैंड आ उहदी, उत्थे कोई नहीं बोलदा इस नूं, क्योंकि उत्थे उहनां दा शब्द ही है नहीं। इहनां ने प्रकृत वालिआं ने साडे कोलों शब्द लए ने इह। फिर एक गिणती आउंदी उहदे विच 7-8 ड्योड। हुण इह देखो पंजाब च अज भी असीं बोलदे हां, इहदा मतलब इह शब्द जिहड़े जदों अशोक ने वरते ने तो पंजाब विच अज भी सी, इहदा मतलब पंजाबी जिहड़ी आ एक्सप्लाइट अशोक ने भी किया, नहीं चल इन किया।
ਉਹ ਦੂਸਰੇ ਜਿਹੜੇ ਲਾਣੇ ਉਦੋਂ ਪਹਿਲਾਂ ਆਏ ਹੈਗੇ ਆ ਜਿਨ੍ਹਾਂ ਕਿ ਚਾਰ ਵਰਨਾਂ ਦੀ ਥਿਊਰੀ ਵਿੱਚ ਲੋਕਾਂ ਨੂੰ ਫਸਾਇਆ, ਉਹਨਾਂ ਨੇ ਕੀ ਕਰਨਾ ਸੀਗਾ? ਉਹਨਾਂ ਤਾਂ ਆਪਣੀ ਸਥਾਪਤੀ ਕਰਨੀ ਸੀ, ਆਪਣੀ ਲੈਂਗੁਏਜ ਦੀ, ਆਪਣੇ ਧਰਮ ਦੀ, ਆਪਣੇ ਸਭ ਕੁਛ ਦੀ ਉਹਨਾਂ ਨੇ ਕੀਤਾ ਇਹੀ ਹੈ। ਤਾਂ ਇਸ ਤਰ੍ਹਾਂ ਇਹ ਸਾਨੂੰ ਇਤਿਹਾਸ ਪੁਰਾਣਾ ਨਹੀਂ ਲੱਭਦਾ। ਅੱਛਾ, ਉਦੋਂ ਬਾਅਦ ਜਿਹੜੇ ਕੌਮਾਂ ਹੋਰ ਆਈਆਂ ਨੇ, ਇਰਾਨੀਆਂ ਨੇ ਵੀ ਥੋੜ੍ਹਾ ਪੰਜਾਬ ਅਤੇ ਸਿੰਧ 'ਤੇ ਰਾਜ ਕੀਤਾ। ਅਤੇ ਆਹ ਜਿਹੜੀ ਸਾਨੂੰ ਖਰੋਸ਼ਟੀ ਲਿਪੀ ਮਿਲੀ ਆ ਅਸ਼ੋਕ ਦੇ ਸਿਲਾਲੇਖ 'ਚੋਂ ਜਾਂ ਹੋਰ ਕਈ ਰਾਜਿਆਂ ਦੇ ਸਿੱਕੇ ਜਿਹੜੇ ਆ, ਐਂਟੀਕਿਊਟੀ ਆਫ ਇੰਡੀਆ 1858 ਦੀ ਕਿਤਾਬ, ਉਹ 'ਚ ਸਿੱਕੇ ਦਿੱਤੇ ਨੇ ਉਹਨਾਂ ਨੇ, ਉਹ ਖਰੋਸ਼ਟੀ ਲਿਪੀ ਵਿੱਚ ਵੀ ਨੇ ਅਤੇ ਪਾਲੀ ਲਿਪੀ ਜਿਹੜੀ ਅਸ਼ੋਕ ਦੀ ਉਹਦੇ ਵਿੱਚ ਵੀ ਨੇ। ਅਤੇ ਅਸਰ ਉਹ ਕੌਮਾਂ ਛੱਡਦੀਆਂ ਨੇ ਜੇ ਰਾਜ ਕਰਦੀਆਂ ਨੇ। ਇਸ ਕਰਕੇ ਉਹਨਾਂ ਨੂੰ ਕੀ ਲੋੜ ਸੀ ਕਿ ਸਾਡੀ ਪੰਜਾਬੀ ਇੱਥੇ ਲਾਗੂ ਕਰਦੇ? ਉਹਨਾਂ ਨੇ ਵੀ ਨਹੀਂ ਕੀਤੀ, ਨਾ ਬੋਧੀਆਂ ਨੇ ਕੀਤੀ। ਉਦੋਂ ਬਾਅਦ ਜਿਹੜਾ ਤਬਕਾ ਆਇਆ ਉਹ ਤੁਰਕਾਂ ਦਾ ਸੀਗਾ। ਅੱਛਾ, ਉਹਨਾਂ ਨੇ ਬੁੱਧ ਧਰਮ ਅਡਾਪਟ ਕਰ ਲਿਆ, ਉਹਨਾਂ ਨੇ ਜ਼ੋਰ ਸਾਰਾ ਇਹ 'ਤੇ, ਪਾਲੀ ਜਾਂ ਇਸਦੇ ਸੰਬੰਧਿਤ ਭਾਸ਼ਾਵਾਂ ਦੇ ਉੱਤੇ ਜ਼ੋਰ ਦਿੱਤਾ। ਜਿਹੜਾ ਕਿ ਕਨਿਸ਼ਕ ਰਾਜਾ ਹੋਇਆ, ਇਹਨਾਂ ਨੇ ਪਾਲੀ 'ਤੇ ਜ਼ੋਰ ਦਿੱਤਾ ਰਿਹਾ। ਇਹਦਾ ਸਬੂਤ ਡਾਕਟਰ ਆਰ ਐੱਸ ਪੰਡਿਤ ਨੇ, ਪੰਡਿਤ ਕੱਲਣ ਦੀ ਕਿਤਾਬ ਸੰਸਕ੍ਰਿਤੀ ਦਾ ਅੰਗਰੇਜ਼ੀ ਟ੍ਰਾਂਸਲੇਸ਼ਨ ਦਿੱਤਾ ਹੈਗਾ ਹੈ ਕਿ ਇਹ ਸਭ ਕੁਛ ਹੋਇਆ। ਪ੍ਰਕਿਰਤ ਜਿਹੜੀ ਹੈ ਇਹ ਕੋਈ ਇਹਨਾਂ ਦੀ ਬੋਧੀਆਂ ਦੀ, ਇਹ ਕੋਈ ਚੌਥੀ ਸਦੀ ਤੱਕ ਚੱਲਦੀ ਰਹੀ ਹੈ। ਅੱਛਾ, ਇੱਕ ਹੋਰ ਲੇਖ ਸਾਹਮਣੇ ਆਇਆ ਗੌਰੀ ਸ਼ੰਕਰ ਓਝਾ ਦਾ, ਉਹਦੀ ਕਿਤਾਬ ਆ ਇੱਕ ਭਾਰਤੀ ਪ੍ਰਾਚੀਨ ਲਿਪੀ ਮਾਲਾ। ਉਹਦੇ ਵਿੱਚ ਇੱਕ ਜਿਹੜਾ ਸਿਲਾਲੇਖ ਜਪਾਨ ਤੋਂ ਮਿਲਿਆ, ਉਹਦੇ 22 ਅੱਖਰ ਅੱਜ ਦੀ ਗੁਰਮੁਖੀ ਨਾਲ ਮਿਲਦੇ ਨੇ। 5ਵੀਂ ਸਦੀ, ਇਹ ਕਾਬਲ ਤੋਂ 5ਵੀਂ ਸਦੀ ਦਾ ਸਿਲਾਲੇਖ ਮਿਲਿਆ, ਐਂਟੀਕੁਇਟੀ ਆਫ ਇੰਡੀਆ ਦੇ ਵਿੱਚ ਕਿਤਾਬ ਵਿੱਚ ਦਿੱਤਾ ਹੋਇਆ। ਉਹਦੇ 23 ਅੱਖਰ ਮਿਲਦੇ ਨੇ। ਇਹਦਾ ਮਤਲਬ ਹੈ ਇਹ ਜਿਹੜੇ ਅੱਖਰ ਨੇ, ਗੁਰਮੁਖੀ ਦਾ ਬੈਕਗਰਾਊਂਡ ਜਿਹੜਾ ਆ ਇਹ ਕਾਫੀ ਪੁਰਾਣਾ। ਗੁਰੂ ਸਾਹਿਬ ਨੇ ਜਿਹੜੀ ਇਹ ਰਚਨਾ ਕੀਤੀ ਆ, ਕਿਉਂਕਿ ਬਾਣੀ ਜਿਹੜੀ ਆ ਵੱਖੋ ਵੱਖਰੀਆਂ ਲਿਪੀਆਂ ਵਿੱਚ ਉਹਨਾਂ ਨੂੰ ਪ੍ਰਾਪਤ ਹੋਈ ਹੈ, ਜਿਵੇਂ ਭਗਤ ਜੈਦੇਵ ਦੀ ਰਚਨਾ ਬੰਗਾਲੀ ਸਕ੍ਰਿਪਟ ਵਿੱਚ, ਬਾਬਾ ਨਾਮਦੇਵ ਮੌੜੀ ਲਿਪੀ ਵਿੱਚ, ਅਤੇ ਯੂਪੀ ਦੇ ਜਿਹੜੇ ਸੰਤ ਆ ਉਹਨਾਂ ਦੀ 52 ਅੱਖਰੀ ਜਾਂ ਕੋਈ ਹੋਰ ਲਿਪੀ ਹੋਵੇਗੀ। ਤਾਂ ਵੱਖੋ ਵੱਖਰੀਆਂ ਲਿਪੀਆਂ, ਵੱਖੋ ਵੱਖਰੇ ਜਿਹੜੇ ਸੰਤਾਂ ਨੇ ਨਿਰਗੁਣਵਾਦ ਦੀ ਫਿਲਾਸਫੀ ਜਿਹੜੀ ਆ ਲਿਖੀ ਹੋਈ ਸੀ, ਗੁਰੂ ਸਾਹਿਬ ਨੇ ਇਕੱਠੀ ਕਰ ਇੱਕ ਲਿਪੀ ਉਹਨਾਂ ਨੂੰ ਦਿੱਤੀ ਤਾਂ ਕਿ ਇੱਕ ਲਿਪੀ ਵਿੱਚ ਹੀ ਕੰਮ ਚੱਲ ਜਾਵੇ। ਅੱਛਾ, ਇੱਕ ਪਾਕਿਸਤਾਨ ਦੇ ਵਿੱਚ ਇੱਕ ਸ਼ਾਹਮੁਖੀ ਲਿਪੀ ਦਾ ਰੌਲਾ ਪਾਇਆ ਜਾ ਰਿਹਾ, ਉਹ ਕਿਉਂ ਪਾਉਂਦੇ ਨੇ? ਸਭ ਤੋਂ ਪਹਿਲਾਂ ਅਸੀਂ ਇਹਦੀ ਬੈਕਗਰਾਊਂਡ ਬਾਰੇ ਜਾਣਦੇ ਹਾਂ ਜਾਂ ਗੱਲ ਕਰਾਂਗੇ ਕਿ ਜਦੋਂ ਅੰਗਰੇਜ਼ ਪੰਜਾਬ 'ਤੇ ਕਾਬਜ ਹੋਏ ਨੇ ਤਾਂ ਉਦੋਂ ਮਹਾਰਾਜੇ ਦੀ, ਸਾਡੇ ਰਣਜੀਤ ਸਿੰਘ ਦੀ ਜਿਹੜੀ ਸਰਕਾਰੀ ਬੋਲੀ ਸੀ ਉਹ ਸੀ ਫਾਰਸੀ। ਇੱਕ ਅੰਗਰੇਜ਼ ਨੇ ਵੀ ਉਹਦੇ ਬਾਰੇ ਚਾਨਣਾ ਪਾਇਆ ਵੀ ਉਹਦੀ ਸਰਕਾਰੀ ਬੋਲੀ ਜਿਹੜੀ ਆ ਫਾਰਸੀ ਸੀ। ਇਸ ਤਰ੍ਹਾਂ ਜਿਹੜਾ ਅੰਗਰੇਜ਼ ਆਏ ਨੇ ਤਾਂ ਉਹਨਾਂ ਨੂੰ ਫਾਰਸੀ ਦੀ ਫਿਰ ਲੋੜ ਨਹੀਂ ਰਹੀ, ਕਿਉਂਕਿ ਉਹਨਾਂ ਨੇ ਵੀ ਆਪਣਾ ਹੀ ਕੰਮ ਕਰਨਾ ਸੀ, ਭਾਵ ਰੋਮਨ ਅੱਖਰ ਅਤੇ ਅੰਗਰੇਜ਼ੀ ਬੋਲੀ ਸਥਾਪਿਤ ਕਰਨੀ ਸੀ। ਇਸ ਕਰਕੇ ਉਹਨਾਂ ਨੇ ਬਹੁਤ ਕੰਮ ਕੀਤਾ ਇੱਥੇ ਪੰਜਾਬ ਵਿੱਚ, ਕਿਉਂਕਿ ਇਸਲਾਮ ਦੇ ਵਿੱਚ ਜਿਹੜੇ ਲੋਕਾਂ ਨੇ ਕੰਮ ਕੀਤਾ ਸਾਡੇ ਪੰਜਾਬੀ ਲਈ, ਮੁਸਲਮਾਨਾਂ ਨੇ, ਰਾਈਟਰਾਂ ਨੇ, ਉਹ ਤਕਰੀਬਨ ਅਲਫਬੇ 'ਚ ਲਿਖਿਆ। ਹਾਲਾਂਕਿ ਲਿਪੀ ਇੱਥੇ ਟਾਕਰੀ ਮੌਜੂਦ ਸੀ ਇਸਲਾਮ ਆਉਣ ਤੋਂ ਪਹਿਲਾਂ, ਮਹਿਮੂਦ ਅਫ ਗਜ਼ਨੀ ਨੇ ਹੀ ਇੱਥੇ ਜਿਹੜੀ ਫਾਰਸੀ ਲਿਪੀ ਲਾਗੂ ਕੀਤੀ ਹੈ 11ਵੀਂ ਸਦੀ ਦੇ ਮੁੱਢ ਵਿੱਚ। ਉਦੋਂ ਪਹਿਲਾਂ ਕੋਈ ਫਾਰਸੀ ਨੂੰ ਇੱਥੇ ਨਹੀਂ ਸੀ ਜਾਣਦਾ। ਹੁਣ ਲਿਪੀ ਜਦੋਂ ਸਾਡੇ ਮੌਜੂਦ ਆ ਤਾਂ ਉਹਨਾਂ ਨੇ ਕਿਉਂ ਅਲਫਬੇ ਲਾਗੂ ਕੀਤਾ? ਕਿਉਂਕਿ ਹਰ ਕੌਮ ਜਿਹੜੀ ਚਾਹੁੰਦੀ ਹੈ
कि एक्सप्लाइट किया जाए इत्थे दे लोकां नूं हर तरह नाल कीता भी उन्होंने फारसी लोकां दी बोली जिहड़ी आ सरकार दी बना दित्ती गई। तो मुसलमान क्योंकि पंजाब दे विच बहुगिणती भी सी जदों अंग्रेज़ आए ने तो उन्होंने उर्दू हालांकि पंजाब दे किते भी खिते दी बोली नहीं उन्होंने बहुगिणती दे जोर ते अंग्रेज़ां कोलों बना ली। हुण इहदे विच अंग्रेज़ां दा की कसूर आ जो साडे बंदे इस पिछे लगे हुए ने कहिंदा जी उर्दू ही पढ़ना। पिछे जे अजीत विच इक लेख छपिया साधु सिंह मदर्द पहले एडिटर जिहड़े सीगे सन 80 तों पहला एक लेख दित्ता उन्होंने कहिंदे इंग्लैंड विच इक स्कीम सी उन्हां दी अंग्रेज़ां दी कि इत्थे दी सैकंड लैंग्वेज ਕਿਹੜੀ ਹੋਵੇ। ਫਸਟ ਲੈਂਗੁਏਜ ਉਹਨਾਂ ਦੀ ਹੈਗੀ ਸੀ ਅੰਗਰੇਜ਼ੀ ਅਤੇ ਮਰਦਮਸ਼ੁਮਾਰੀ ਵਿੱਚ ਲੋਕਾਂ ਨੇ ਦੂਜੇ ਨੰਬਰ 'ਤੇ ਪੰਜਾਬੀ ਲਿਖਵਾਈ। ਇਹਦਾ ਕੀ ਹੋਇਆ ਮੁਸਲਮਾਨ ਅੜ ਗਏ ਕਹਿੰਦੇ ਅਸੀਂ ਤਾਂ ਨਹੀਂ ਇਹ ਤਾਂ ਗੁਰਮੁਖੀ ਦੇ ਵਿੱਚ ਲਿਖੀ ਜਾਣੀ ਆ। ਉਹਨਾਂ ਰੌਲਾ ਪਾ ਕੇ ਕੰਮੇ ਅਟਕਾ ਦਿੱਤਾ ਹੈਗਾ। ਹੁਣ ਵੀ ਪਾਕਿਸਤਾਨ ਦੇ ਵਿੱਚ ਉਰਦੂ ਸਰਕਾਰੀ ਬੋਲੀ ਪਹਿਲੀ ਹੈ। ਸੈਕਿੰਡ ਜਿਹੜੀ ਅਪਰ ਕਾਸਟ ਦੀ ਹੈਗੀ ਅਪਰ ਉੱਪਰਲੀ ਸਟੈਂਡਰਡ ਦੀ ਬੋਲੀ ਆ ਉਹ ਹੈਗੀ ਅੰਗਰੇਜ਼ੀ। ਉੱਥੇ ਉਰਦੂ ਅਤੇ ਅੰਗਰੇਜ਼ੀ ਪੰਜਾਬੀ ਨੂੰ ਉੱਥੇ ਨਹੀਂ ਉਹ ਕਰਦੇ। ਕੁਛ ਥੋੜ੍ਹੇ ਬਹੁਤੇ ਬੰਦੇ ਜੇ ਮੁਜ਼ਾਹਰਾ ਕਰਦੇ ਵੀ ਨੇ ਤਾਂ ਉਹਨਾਂ ਨੂੰ ਕੌਣ ਸੁਣਦਾ। ਅਸੀਂ ਪੰਜਾਬ ਵਿੱਚ ਦੇਖਦੇ ਹਾਂ ਕਿਵੇਂ ਅਕਾਲੀ ਪਾਰਟੀ ਨੇ ਪੰਜਾਬੀ ਲਈ ਕੰਮ ਕੀਤਾ। 1951 ਦੀ ਮਰਦਮਸ਼ੁਮਾਰੀ ਵਿੱਚ ਸਾਡੇ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਪੰਜਾਬੀ ਬੋਲਦੀ ਹੋਇਆ ਹਿੰਦੀ ਲਿਖਵਾਈ। ਪਾੜਾ ਪੈ ਗਿਆ ਨਾ ਇਹ ਨਿਹਰਾ ਲਿਖਾਉਣ ਵਾਲੇ ਨਹੀਂ ਇੱਕ ਸਮਾਜ ਵਿੱਚ ਵੀ ਪਾੜਾ ਪੈ ਗਿਆ। ਇੱਥੋਂ ਫਿਰ ਸ਼ੁਰੂ ਹੋਇਆ ਕਿ ਪੰਜਾਬੀ ਦੇ ਬੋਲੀ ਦੇ ਆਧਾਰ 'ਤੇ ਬਣਾਇਆ ਜਾਣਾ ਚਾਹੀਦਾ। ਬੜੀ ਜਦੋਂ ਜ਼ਿਆਦਾ 66 ਵਿੱਚ ਫਿਰ ਬਣਿਆ ਇਹ ਇੱਕ ਲਿਪੀ ਦੇ ਵਾਲਾ ਸਰਦਾਰ ਪ੍ਰਤਾਪ ਸਿੰਘ ਪੈਰੋਂ ਨੇ ਜ਼ਿਲ੍ਹਾ ਪੱਧਰ 'ਤੇ 1961 ਵਿੱਚ ਪੰਜਾਬੀ ਲਾਗੂ ਕੀਤੀ ਹੈ। ਫੌਰਨ ਸਰਕਾਰੀ ਕਰੰਸੀ ਵਿੱਚ ਪੰਜਾਬੀ ਆ ਗਈ ਨਹੀਂ ਪਹਿਲਾਂ ਹੈ ਨਹੀਂ ਸੀ। ਸੋ ਇਸ ਤਰ੍ਹਾਂ ਬਹੁਤ ਹੀ ਇਹ ਜਦੋਂ ਕਿ ਜੈਦ ਕਰਨ ਮਗਰੋਂ ਇੱਥੇ ਕੁ ਤੱਕ ਹਜੇ ਪਹੁੰਚੀ ਹੈ। ਹਜੇ ਸਾਨੂੰ ਬਹੁਤ ਹੀ ਮਿਹਨਤ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਅੰਗਰੇਜ਼ੀ ਦੀ ਮੁਕਾਬਲੇ ਜਿਹੜੀ 10 ਲੱਖ ਤੋਂ ਉੱਤੇ ਹੋ ਚੁੱਕੀ ਹੈ ਸਾਡੇ ਕੋਲ ਕੁਛ ਨਹੀਂ ਹੈਗਾ ਹਜੇ ਉਹਦੇ ਮੁਕਾਬਲੇ ਵਿੱਚ। ਅਸੀਂ ਇਹਨੂੰ ਐਡੇ ਸਟੈਂਡਰਡ ਤੱਕ ਲਿਜਾਈਏ ਕਿ ਜਿਹੜੀ ਉਹ ਅੰਗਰੇਜ਼ੀ ਦਾ ਮੁਕਾਬਲਾ ਕਰ ਸਕੇ। ਦੂਸਰਾ ਨੁਕਤਾ ਇਹ ਹੈ ਕਿ ਪੰਜਾਬੀ ਬੋਲਣ ਵਾਲੇ ਲੋਕ ਮੇਨ 3 ਧਰਮਾਂ ਵਿੱਚ ਵਟੇ ਹੋਏ ਨੇ। ਇੱਕ ਬਹੁਗਿਣਤੀ ਜਿਹੜੀ ਮੁਸਲਮਾਨਾਂ ਦੀ ਹੈ, ਫਿਰ ਹਿੰਦੂ ਆਉਂਦਾ ਅਤੇ ਫਿਰ ਸਿੱਖ ਆਉਂਦਾ। ਹੁਣ ਜੇ ਇਹ ਸਾਰੇ ਲੋਕ ਇੱਕ ਕੌਮ 47 ਵਿੱਚ ਬਣ ਜਾਂਦੇ ਪੰਜਾਬੀ ਸਰਕਾਰੀ ਬੋਲੀ ਹੁੰਦੀ। ਕਈ ਸੱਜਣ ਕਹਿੰਦੇ ਨੇ ਕਿ 5 ਲੱਖ ਤੋਂ 10 ਲੱਖ ਕਤਲ ਹੋਇਆ ਪੰਜਾਬੀਆਂ ਨੇ ਆਪਸ ਵਿੱਚ ਹੀ ਮਾਰੇ। ਪੰਜਾਬੀ ਕਿਉਂ ਮਾਰੇ? ਉਹਦਾ ਪਰਾਇਆ ਇਹ, ਅਸੀਂ ਪਰਾਏ ਨੂੰ ਇਸ ਤਰ੍ਹਾਂ ਕਰਦੇ ਹਾਂ ਨਾ, ਐਕਸਪਲਾਇਟ ਕਰਦੇ ਹਾਂ, ਆਪਣਾ ਹੋਵੇ ਨਹੀਂ। ਇਸ ਕਰਕੇ ਇਹਦਾ ਦੁਖਾਂਤ ਜਿਹੜਾ ਐਡਾ ਭਾਰਾ ਹੋਇਆ। ਅੱਛਾ, ਹੁਣ ਉਹਦੇ 'ਤੇ ਇਹ ਆ ਕਿ ਸਾਡੀ ਗਿਣਤੀ ਵੀ ਉਨੀ ਘਟੀ ਹੋਣੀ ਹੈ। ਜਦੋਂ ਇੰਨੇ ਬੰਦੇ ਕਤਲ ਹੋਏ ਨੇ ਹੁਣ ਤੱਕ ਸਾਡੀ ਗਿਣਤੀ ਵੀ ਘਟੀ ਆ ਉਨੀ। ਅਤੇ ਮੈਂ ਇੱਕ ਵਿਕੀਪੀਡੀਆ ਤੋਂ ਕਢਵਾਇਆ, ਉਹਦੇ ਵਿੱਚ ਇੱਕ ਹੋਰ ਫਰਕ ਕਰਤਾ ਉਹਨਾਂ ਨੇ ਪਾਕਿਸਤਾਨ ਦੀ ਪੰਜਾਬੀ ਨੂੰ ਉਹਨਾਂ ਨੇ ਪਾਕਿਸਤਾਨੀ ਪੰਜਾਬੀ ਨੂੰ ਉਹਨਾਂ ਨੇ ਬੈਸਟ ਪੰਜਾਬੀ ਲਿਖਿਆ ਅਤੇ ਇੱਧਰ ਦੀ ਪੰਜਾਬੀ ਨੂੰ ਈਸਟ ਪੰਜਾਬ ਲਿਖਤਾ। ਯਾਨੀ ਦੋ ਹਿੱਸਿਆਂ ਵਿੱਚ ਵੰਡਤਾ ਇਹਨਾਂ ਨੂੰ। ਅੱਛਾ, ਇਹਨਾਂ ਦੀ ਗਿਣਤੀ ਜਿਹੜੀ ਆ ਉਹਦੇ ਮੁਤਾਬਕ 125.3 million ਆ ਅਤੇ ਜਪਾਨੀ ਦੀ ਵੀ ਇੰਨੀ ਗਿਣਤੀ ਹੈ। ਅੱਛਾ, ਉਹਦੇ ਵਿੱਚ ਇਹ ਦੱਸਿਆ ਕਿ ਜਪਾਨੀ ਜਿਹੜੀ ਇਹਦਾ ਦਰਜਾ ਇੱਕ ਵਾਧੂ ਹੈ ਅਤੇ ਪੰਜਾਬੀ ਦਾ ਘੱਟ ਆ। ਕਿੱਡਾ ਇਹ ਫਰਾਡ ਆ ਇਹ! ਜਦਕਿ ਜਿਹੜੇ ਬਾਹਰ ਸਾਡੇ ਲੋਕ ਪੰਜਾਬੀ ਗਏ ਹੋਏ ਨੇ ਉਹਨਾਂ ਨੂੰ ਗਿਣਿਆ ਹੀ ਨਹੀਂ ਉਹਨਾਂ ਨੇ। ਇਸ ਤਰ੍ਹਾਂ ਜਪਾਨੀ ਨਾਲੋਂ ਸਾਡਾ ਦਰਜਾ ਅੱਗੇ ਹੈ, 9ਵਾਂ ਦਰਜਾ ਵਰਲਡ ਵਿੱਚ। ਅਤੇ ਸਾਰੇ ਪੰਜਾਬੀ ਜਿਹੜੇ ਵੀ ਬੋਲਦੇ ਨੇ ਲਿਖਵਾ ਦੇਣ ਤਾਂ ਰਸ਼ੀਅਨ ਬੋਲੀ ਜਿਹੜੀ ਆ ਇਸ ਵੇਲੇ 8ਵੇਂ ਨੰਬਰ 'ਤੇ ਆ,
ये अठवां दर्जा पंजाबी हासिल कर सकती है, क्योंकि साढ़े लोग ने हुण हिमाचल च देख लो, मैं ट्रिब्यून इंग्लिश पढ़िया, उहदे विच लिखिया कि 6 लाख लोगों ने सिर्फ पंजाबी लिखाई है हिमाचल दिया ने, बाकी कित्थे गया 80-90 लाख दे विचों, साडी गिणती घट गई पंजाबियों की। जे एंड के च की हाल है, उत्थे ना कोई मैं देखिया हिंदी बोलता ना उर्दू बोलता, तूती कहदी बोलती है उर्दू दी ते हिंदी दी बोलती है, बहुते समझण वाले लोग जिहड़े ने पंजाबी ने। हुण डोगरी जिहड़ी आ का खा दे विच लिख के उन्हां ने एक वक्खरी बोली बना दी, जिहनूं नैशनल दर्जा भी दवा दिता, फुट पा दी। साडे मुस्लिम भरावां ने की कीता, जिहड़ी गोजरी लैंग्वेज आ सैफुल मलूक जिहच लिखिया गया है वो अलबे च लिखती। मैं एक डिक्शनरी लिया 1985 च जम्मू तो, आ हाल देखे हैगा। फिर जदों थोड़ी एक लिखत नहीं होगी उन्ना चर तुसी एक दूजे नूं पढ़ नहीं सकते, नहीं पढ़ सकते। जे वो अलबे च आ तुसी किवें पढ़ लोंगे, जे थोड़ी गुरमुखी च नहीं पढ़ सकते। एक सवाल होर पैदा हुंदा कि जदों तुसी पाकिस्तान दे पंजाबी हो, पंजाब अंग्रेज़ी पढ़ने हो, उस वेले तो कहते नहीं अं रोमन अखर नहीं पढ़ने है, तो जो पंजाबी की बारी आ फिर कहते सिखा की बोली है। आ पिछे जे स्पोक्समैन एडिटर ने भी लिख मारिया कि एक मैनू मुस्लिम बंदा मिलया कि तुसी सिखा ने ही इहनू नुकसान बचाया, एडिटर ने सही जवाब नहीं दिता ना वो भाषा ते काम करता है। सवाल करना चाहिए सी कि तुसी क्यों नहीं गुरमुखी अडाप्ट कर लेंदे, गुरमुखी का पुराना जिहड़ा रिकॉर्ड आ ये टाकरी नाल जुड़दा। टैक्सला विच जिहड़ी लिपि द्वारा तालीम दित्ती जांदी सी, विद्या दित्ती जांदी सी, ओह किहड़ी सी? इही सी टाकरी लिपि, जिहदा चंबे दे म्यूजियम विच काफ़ी मैटर पिया टाकरी दा। उहदे 22 अक्षर पहला सी, 28 अक्षर मिलते ने, कई अक्षर उन्होंने गुरमुखी की स्थापति के पिछों गुरमुखी चो जिवें वाह वाह अक्षर लिया। साढ़े एक जीवी सिंह जिन्हें लिपियां बारे किताब लिखी है, किड्डा भुलेखा खड़ा किया उन्हें कि सानू इंस्क्रिप्शनां विच्चों किते भी वाह वाह अज दे पंजाबी वर्गा नहीं मिलता, जे मिलता अशोक की जिहड़ी लिपि है तद्दे वर्गा वाह वाह। तुसीं किवें कह सकते हो फिर वाहवा जिहड़ा हैगा इहदे विच मिलिया, क्योंकि जदों गुरमुखी स्थापित हुई आ इतों कई अक्षर दूजिया ने भी सीखे ने लए ने उन्होंने, तो वाहवा तां इन्हां ने आया। हुण राड़ा उस लिपि च है नहीं जिहड़ी टाकरी है, क्योंकि उहदे विच जिहड़े सानूं इंस्क्रिप्शनां मिलियां ने उह हैगियां ने संस्कृत दियां, चाहे चंबे दे राजे होण तां चाहे कुल्लू दे, बोली उन्हां दी संस्कृत आ, लिपि टाकरी है। सो टाकरी का जिहड़ा जो बैकग्राउंड आ ये काफ़ी पुरानी है, टैक्सला दे नाल जुड़ जाता जाके। मैं प्रकृत डिक्शनरी विच पढ़िया कि टक एक देश सी, पंजाब का पुराना नाँ टक देश सी, जिथो अजकल पंजाब का नाँ पंजाब या पंजाब है, ये फारसी विच है, उस वो फारसी विच नहीं सी, इत्थे पंजाब नूं टक देश कहिंदे सी। सो इस तरह इहदा टाकरी का जिहड़ा आ पंजाब नाल जुड़दा, जिहदा पंजाब पंजाबी है टक तो टाकरी, ये साडी बैकग्राउंड हज़ारां वरे पिछे चली जांदी है, इह खोज करन दी बहुत बड़ी लोड़ है। तीजा नुकता पंजाबी का दर्जा, पंजाबी का मैं हुणे थोड़ा जिहा जिक्र कीता है कि जे सारे पंजाबी पंजाबी लिखवा देंदे ने, रिकॉर्ड करवा देंदे ने, तो असी वर्ल्ड दे विच 8वें नंबर ते आ जांदे आ। अज हुण किन्ने ने 9वें नंबर ते आ, ते पुआड़ा एक होर खड़ा करता उन्होंने जापानी नूं साढ़े नालों अगे वधा दित्ता, जदकि गिणती बराबर आ 125.3 मिलियन, 25.3 मिलियन ओह आ, ते अबराउड दे जिहड़े लोग जांदे ने साढ़े बाहरले उन्हां नूं शामिल ही नहीं कीता गया। तो इस तरह ये हुण भी ये वाधू आ। पंजाबी बोली का ग्रुप अक्सर साढ़े आलोचक जिहड़े पंजाबी दे ने जां कुछ राइटर ने उन्हां लिखिया है कि पंजाबी जिहड़ी आ
ਇੰਡੋ ਯੂਰਪੀਅਨ ਲੈਂਗੁਏਜ ਆ, ਭਾਵ ਇੰਡੀਆ ਅਤੇ ਯੂਰਪ ਦੇ ਜਿਹੜੇ ਲੋਕ ਨੇ ਉਹ ਇਸ ਗਰੁੱਪ ਨਾਲ ਸੰਬੰਧਿਤ ਨੇ। ਡਾਕਟਰ ਮੈਕਸ ਮੂਲਰ ਹੋਇਆ ਜਿਹਨੇ ਕਿਤਾਬ ਲਿਖੀ ਹੈ ਦ ਲੈਂਗੁਏਜ ਸਾਇੰਸ, ਉਹਦਾ ਉਸਤਾਦ ਪ੍ਰੋਫੈਸਰ ਬੱਪ, ਉਹਨੇ ਸਫ਼ਾ 13 ਜਿਹੜੀ ਪੁਰਾਣੀ ਐਡੀਸ਼ਨ ਆ ਡਾਕਟਰ ਮੈਕਸ ਮੂਲਰ ਦੀ, ਉਹਦੇ 13 ਸਫ਼ੇ 'ਤੇ ਉਹਨੇ ਦਿੱਤਾ ਹੈ ਕਿ ਬੱਪ ਕਹਿੰਦੇ ਨੇ ਕਿ ਜਦੋਂ ਸਾਡੀ ਟਰੀਟਾਈਜ਼ ਅਤੇ ਫੋਨੋਲੋਜੀ ਸਾਂਝੀ ਨਹੀਂ, ਯਾਨੀ ਬੰਦਿਸ਼ਾਂ ਸਾਡੀਆਂ ਹੋਰ ਤਰ੍ਹਾਂ ਦੀਆਂ ਨੇ, ਗ੍ਰੀਕ ਦੀਆਂ ਹੋਰ ਤਰ੍ਹਾਂ ਦੀਆਂ ਨੇ ਅਤੇ ਸੰਸਕ੍ਰਿਤ ਦੀਆਂ ਹੋਰ ਨੇ, ਅਤੇ ਸਾਇੰਸ ਤਾਂ ਕਾਹਦੀ ਰਹਿ ਗਈ ਫਿਰ ਸਾਡੀ, ਕਿਉਂਕਿ ਫੋਨੋਲੋਜੀ ਵੱਖਰੀ ਹੈ, ਗ੍ਰੀਕ ਦੇ ਵਿੱਚ ਟਾ ਵਰਗ ਹੈ ਨਹੀਂ, ਸੰਸਕ੍ਰਿਤ ਟਾ ਵਰਗ ਹੈਗਾ ਅਤੇ ਉਹਦੇ ਵਿੱਚ ਧੁਨੀ ਗ੍ਰਾਮ ਹੈ ਨਹੀਂ, ਵਰਗਾਂ ਦੇ ਚੌਥੇ ਅੱਖਰ ਜਿਹੜੇ ਨੇ, ਅਤੇ ਸਾਡੇ ਕੋਲ ਹੈਗਾ ਪੰਜਾਬੀ ਵਿੱਚ। ਮੈਂ ਤਾਂ ਹੀ ਕਹਿੰਦਾ ਕਿ ਸੰਸਕ੍ਰਿਤ ਜਿਹੜੀ ਆ, ਜਦੋਂ ਇਹ ਇਰਾਨ 'ਚ ਲੋਕ ਆਏ ਨੇ, ਇਹ DNA ਨੇ ਸਾਬਤ ਕਰ ਦਿੱਤਾ ਕਿ ਇੰਡਸ ਵੈਲੀ ਦੇ ਲੋਕ ਅਤੇ ਆਰੀਅਨ ਲੋਕ, ਇਹਨਾਂ ਦਾ DNA ਬਿਲਕੁਲ ਡਿਫਰ ਆ, ਫਰਕ ਆ। ਇਹ ਆਪਣੇ ਇੱਕ ਕਿਤਾਬ ਉਹਨਾਂ ਦੀ ਰਮੀਲਾ ਥਾਪਰ ਉਹਨਾਂ ਦੀ ਆ, ਉਹ ਹਿਸਟਰੀ ਬਾਰੇ, ਉਹਦੇ ਵਿੱਚ ਉਹਨੇ ਚਾਨਣ ਪਾਇਆ ਰਜਬ ਖਾਨ ਨੇ DNA 'ਤੇ ਕਿ ਸਾਡੇ ਪੰਜਾਬੀਆਂ ਦਾ DNA ਆਰੀਅਨ ਨਹੀਂ ਮਿਲਦਾ, ਇਸ ਤੋਂ ਵੀ ਵੱਖਰਾ। ਭਾਸ਼ਾ ਗਰੁੱਪ ਬਾਰੇ ਜਿਹੜਾ ਸਾਡੀ ਇਹ ਬਣਾਈ ਹੋਈ ਆ ਇਹ ਗੱਲ ਕਿ ਇਹ ਆਰੀਆ ਹੈ, ਇਹ ਵੀ ਝੂਠ ਹੈ, ਕਿਉਂਕਿ ਇੱਕ ਮੈਂ ਮਿਸਾਲ ਦਿੰਦਾ, ਪੰਜਾਬੀ ਵਿੱਚ ਜਿਹੜੇ ਹਾਂ ਸੰਸਕ੍ਰਿਤ ਜਿਹੜੇ ਰੂਪ ਚੱਲਦੇ ਨੇ, ਜਿਹਦਾ ਹੋਰ ਰੂਟ ਆ ਉਹ ਭਵਤੀ, ਭਵਤ, ਭਵਿਸ਼ਯਤੀ, ਇਹ 3 ਰੂਪ, ਜੈਂਡਰ ਉਹਨਾਂ ਦਾ ਦੋਵੇਂ ਇੱਕੋ ਹੀ ਨੇ ਕਿਰਿਆ ਦੇ। ਸਾਡੇ ਪੰਜਾਬੀ ਦੇ ਕੀ ਨੇ, ਹੋਇਆ, ਹੋਈ, ਹੁੰਦਾ, ਹੁੰਦੀ, ਹੋਵੇਗਾ, ਹੋਵੇਗੀ। ਇਹ ਫਰਕ ਤੁਸੀਂ ਖੁਦ ਕਰ ਲਓ ਕਿ ਜੈਂਡਰ ਜਿਹੜੀ ਆ ਉਹ ਸਿੰਗਲ ਜੈਂਡਰ ਦੀ ਕਿਰਿਆ ਅਤੇ ਸਾਡੀ ਪੰਜਾਬੀ ਦੀ ਡਬਲ ਜੈਂਡਰ ਦੀ ਕਿਰਿਆ। ਮੈਂ ਇਸ ਨੂੰ ਉਭਾਰਿਆ ਵੀ ਆਪਣੀ ਕਿਤਾਬ ਦੇ ਵਿੱਚ। ਅਤੇ ਦੂਸਰੇ ਪ੍ਰਕਿਰਤ ਅਤੇ ਪਾਲੀ, ਪਾਲੀ ਵੀ ਜਿਹੜਾ ਰੂਪ ਹੈ, ਹੋ ਤੋ ਹੋਜ, ਹੋ ਅਤੇ ਜਈਆ ਨਾਲ ਲਾਉਂਦੇ ਨੇ ਉਹ, ਅਤੇ ਹੋਤੀ ਪ੍ਰੈਜੈਂਟ ਟੈਂਸ, ਹੋਈ ਸੀ ਫਿਊਚਰ ਟੈਂਸ ਭਵਿੱਖ, ਪ੍ਰਕਿਰਤ ਹੋ ਪਾਸਟ ਬੀਤਿਆ, ਹੋਵਈ ਮੌਜੂਦਾ ਪ੍ਰੈਜੈਂਟ ਟੈਂਸ, ਹੋ ਇਸੀ ਫਿਊਚਰ ਟੈਂਸ। ਯਾਨੀ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦੇ ਸਾਰੀਆਂ ਜਿਹੜੀਆਂ ਕਿਰਿਆਵਾਂ ਦੇ ਰੂਪ ਨੇ ਔਰਤ ਅਤੇ ਮਰਦ ਲਈ ਇੱਕੋ ਨੇ, ਸਾਡੇ ਪੰਜਾਬੀ ਲਈ ਵੱਖਰੇ ਨੇ। ਔਰਤ ਜਿਹੜੀ ਆ ਉਹ ਜਦੋਂ ਕਰਦੀ ਆ ਅਤੇ ਹੋਇਆ ਅਤੇ ਹੋਈ, ਕਰਦਾ ਕਰਦੀ, ਹੁੰਦਾ ਹੁੰਦੀ, ਮਰਦਾ ਮਰਦੀ, ਮਰੇਗਾ ਮਰੇਗੀ, ਇਹ ਰੂਪ ਆ ਜਾਂਦੇ ਨੇ। ਸੋ ਇਸ ਕਰਕੇ ਦਲੀਲ ਦੇ ਤੌਰ 'ਤੇ ਵੀ, ਲੌਜਿਕ ਤੌਰ 'ਤੇ ਵੀ ਅਸੀਂ ਇਸ ਨੂੰ ਨਹੀਂ ਮੰਨ ਸਕਦੇ, ਜਦਕਿ ਸਾਡੇ ਆਲੋਚਕਾਂ ਨੇ ਅਤੇ ਰਾਈਟਰਾਂ ਨੇ ਸਾਡੇ ਸਟੂਡੈਂਟਾਂ ਨੂੰ, ਸਾਡੇ PhD ਜਿਹੜੇ ਡਾਕਟਰੇਟ ਕਰਦੇ ਨੇ ਉਹਨਾਂ ਨੂੰ ਵੀ ਇਹੀ ਪੜ੍ਹਾ ਦਿੱਤਾ ਸਭ ਨੂੰ, ਉਹ ਨਹੀਂ ਇਸ ਤਰ੍ਹਾਂ ਹੀ ਆ। ਇਹ ਸਾਨੂੰ ਰਿਸਰਚ ਕਰਨ ਦੀ ਲੋੜ ਆ, ਸਿਰਫ ਮੱਖੀ 'ਤੇ ਮੱਖੀ ਨਹੀਂ ਮਾਰਨੀ, PhD ਕਰਨੀ ਆ ਤੁਸੀਂ, ਡਿਫਰੈਂਟ ਸਬਜੈਕਟ 'ਤੇ ਕਰੋ, ਵੱਖਰੇ ਤੌਰ 'ਤੇ ਕਰੋ, ਨਵੀਂ ਖੋਜ ਕਰੋ। ਮੱਖੀ 'ਤੇ ਮੱਖੀ ਕੀ ਮਾਰੀ ਜਾਂਦੇ ਹੋ, ਇਹ ਨਾ ਕਰੋ, ਖੋਜ ਕਰੋ। ਇਹ ਰੂਪ ਇੱਕ ਇੰਡੋ ਇਰਾਨੀਅਨ, ਕਈਆਂ ਦਾ ਇਹ ਵਿਚਾਰ ਹੈ ਕਿ ਇੰਡੋ ਇਰਾਨੀਅਨ ਬੋਲੀ ਦੀ ਸਾਂਝ ਹੈ। ਇੱਕ ਪ੍ਰੋਫੈਸਰ ਖਬਰਦਾਰ ਦੀ ਕਿਤਾਬ ਪੜ੍ਹੀ ਉਹ ਅਹਨੁਵਤੀ, ਉਹ ਪਾਰਸੀ ਵਿਦਵਾਨ, ਅਤੇ ਉਹ ਕਹਿੰਦਾ ਕਿ ਜ਼ੰਦੋਵੇਸ ਦਾ ਇੱਕ ਪਾਰਸੀਆਂ ਦੀ ਧਾਰਮਿਕ ਕਿਤਾਬ ਹੋਈ,
संस्कृत की वह ग्रैमर की कंपैरिजन दोहां दा करदा सांझा। वो कहिंदा देखो इन्हां दी जिहड़ी किन्नी नेड़े है। अच्छा उन्हां दी जिहड़ी पारसियां दी बोली है पुरानी ओल्ड परशियन, उहदे विच 22 कंसोनेंट आ ते 14 बावल आ, इस करके वो फर्क आ। साढ़े ये भी फर्क आ, उहदे विच एक ये आ कि टा वर्ग नहीं है पुरानी ओल्ड परशियन विच, हुण दी नवी परशियन जिहड़ी आ उहदे विच भी टा वर्ग नहीं है जिहड़ी हुण चलदी आ उत्थे ईरान दे विच, उहदे विच टा वर्ग नहीं। उहदे विच वर्गां दे जिहड़े चौथे अक्षर ने वो भी नहीं हैं। सो इस तरह वो किवें हो सकता कि ईरानी ते साडियां बोलियां दे विच सांझ होवे, ये बिल्कुल ये भी नहीं है। इंडो यूरोपियन बोलियां की भी गल हुई, प्रोफेसर बप ने उहदे स्टूडेंट नूं ही झूठा करता अपनी उहदी किताब च, उहदी कोटेशन दित्ती है खुद ग्रियर ने डॉक्टर मैक्स मूलर ने, सफ़ा 13 पुरानी एडिशन आ उहदी, नवीं दे विच मेरे को पई आ उहदे विच ये नहीं हैगी। वो कहिंदा कि जदों ग्रीक ते संस्कृत की कोई भी फोनोलॉजी या बंदिश नहीं मिलती, असी किवें कह सकते इंडो ईरानियन जिहड़ी इंडो यूरोपियन बोलियां सांझियां ने, बिल्कुल नहीं है। उन्हें रद्द किया खुद बप ने, पर साडे विद्वान हजे भी दबी जा रहे हैं, इंडो यूरोपियन लिखी जा रहे हैं, पंजाबी नूं भी होर बोलियां भी। टा वर्गी नहीं, जिस टा वर्ग नहीं है, जिवें हुणे मैं जिक्र किया परशियन विच टा वर्ग नहीं है, अरबी विच टा वर्ग नहीं है, तुर्की विच टा वर्ग नहीं है, चीनी विच नहीं है, रशियन विच नहीं है। सो ये टा वर्गियां जिहड़ियां लिपियां नहीं, उहनां विच है नहीं। टैगा ठट्टा डड्डा टड्डा राणा, ये ना चाइना विच आ, ना रशियन विच आ, ना तुर्की च आ, ना अरबी च आ, ना फारसी च आ। बाकी साडियां देसी बोलियां इधरों आ, सिंगल जैडर वालियां, होर भी जिहड़ियां असीं मॉडर्न लैंग्वेज कहने, जिहदे च बंगला जिहड़ी एक जिमें सिंगल जेंडर वाली, बालक जाए बालका जाए, यानी बालक जाता है वो भी किरिया एक कुछ ही, कुड़ी जन कुड़ी नूं बालका कहने, बालका जाए उहदे लई भी कुछ ही किड़ी, यानी सिंगल जेंडर वालियाँ। इस तरह मलयालम साडे एक सज्जन हैगे ने पाकिस्तान दे, अनल हक फरीदकोटी, उहदी ये थ्यूरी आ कि ये द्राविड़ी जो डिवेलप हुई है। मैं एक मिसाल देंगा हूँ कि मैं एक मलयाली भाषी नूं पुछया भी इहदा की अर्थ आ, वह कहिंदा जी साढ़े जार नूं पो कहिंदे ने, पो पोए पोयम, जा दा तीन रूप उहदे बणदे आ, पो प्रेजेंट टेंस, पास्ट पोए, पोयम फ्यूचर टेंस भविख, ये तीन तरह के। हुण देखो अच्छा हुण जेंडर की है उन्हों का, दोहां का इको ही, औरत भी एक उही क्रिया करनी मर्द भी, पै गया मलयालम च भी फर्क है, तमिल च भी यह जहाँ फर्क आता। एंड ये थ्यूरी पंजाबियों के खां खां गल मड़ी जा रही है द्रावड़ा की। अच्छा एक होर मिसाल देंदे ने कि इत्थे एक बोली जिहड़ी आ बरूही चलती रही है, द्राविड़ियन ग्रामर विच भी कालडवेल ने दिती है बरूही लैंग्वेज, तो वो पंजाब ते नाल गुआंढ दे विच किवें बस गया कि द्राविड़। जद कोई ग्रियरसन साहब ने सर्वे ऑफ इंडिया जिहड़ा कीता है, कहिंदे ने कि द्राविड़ तां पहलां दे ही दक्खण दे रहण वाले ने, हुण जदों दक्खण दे रहण वाले ने इधर किवें बसती वाई, इहदा मतलब है वो किसी ਸਾਡੇ ਦੁਸ਼ਮਣ ਜਿਹੜੇ ਲੋਕ ਹੋਣਗੇ ਉਹਨਾਂ ਦੀ ਫੌਜ 'ਚ ਭਰਤੀ ਹੋਏ ਹੋਣਗੇ, ਸਾਡੇ ਪੰਜਾਬ ਦੇ ਲੋਕ ਸਿੰਧ ਘਾਟੀ ਦੇ ਲੋਕਾਂ ਨੂੰ ਹਰਾਇਆ ਹੋਏਗਾ ਉਹਨਾਂ ਨੇ, ਤਾਂ ਹੀ ਉਹਨਾਂ ਦੀ ਆਬਾਦੀ ਇੱਥੇ ਪਈ ਆ। ਮੈਂ ਤਾਂ ਇਹੀ ਮੰਨ ਕੇ ਚੱਲਦਾ ਕਿ ਦਰਾਵੜਾਂ ਨੇ ਅਤੇ ਆਰੀਆ ਨੇ ਰਲ ਕੇ ਹੀ ਇਹ ਸਭਾ ਨੂੰ ਨਸ਼ਟ ਕੀਤਾ।
अज सानू उस गल ते माण होना चाहिए कि साडे जिहड़ी लिपि सी जिहदा कि अंदाजा लाया जांदा अपने 1927 विच जिहड़ी रिपोर्ट जाया दसी गई है डायरैक्टर साहब उस वेले दे कहिंदे कि इह सभता जिहड़ी आ जां अखर जिहड़े ने 5000 वरे पुराने ने ਇਹ 1927 ਦੀ ਰਿਪੋਰਟ ਆ ਉਹਨਾਂ ਦੀ ਆਰਕਿਓਲੋਜੀ ਦੀ ਉਹ ਅੱਜ ਤੱਕ ਵੀ ਉਹ ਲਿਪੀ ਜਿਹੜੀ ਹੈ ਡਾਕਟਰ ਹੰਟਰ ਨੇ ਇੱਥੇ ਕਿਤਾਬ ਲਿਖੀ ਹੈ 1927 ਜੇ ਇਸ ਲਿਪੀ 'ਤੇ 33 ਵਿੱਚ ਛਪੀ ਹੈ ਅੱਜ ਤੱਕ ਵੀ ਜਿੱਥੇ ਉਹ ਸਮੱਸਿਆ ਉਦੋਂ ਖੜ੍ਹੀ ਹੋਈ ਸੀ ਅੱਜ ਵੀ ਉੱਥੇ ਖੜ੍ਹੀ ਹੋਈ ਹੈ ਯਾਨੀ ਅਸੀਂ ਲਿਪੀ ਕੋਈ ਪ੍ਰੋਗਰੈਸ ਜਾਂ ਤਰੱਕੀ ਨਹੀਂ ਕਰ ਸਕੇ ਨਾ ਪੜ੍ਹ ਸਕੇ ਉਹਨੂੰ ਡਬਲ ਜੈਂਡਰ ਵਾਲੀਆਂ ਕਿਰਿਆਵਾਂ ਇਹ ਸਾਨੂੰ ਜਿਹੜੀਆਂ ਪੰਜਾਬੀ ਵਿੱਚ ਮਿਲਦੀਆਂ ਨੇ ਜਾਂ ਹਿੰਦੀ ਵਿੱਚ ਮਿਲਦੀਆਂ ਨੇ ਆਹ ਡੋਗਰੀ ਜਿਹੜੀ ਆ ਹਿਮਾਚਲੀ ਆ ਸਿੰਧੀ ਆ ਰਾਜਸਥਾਨੀ ਆ ਹਰਿਆਣਵੀ ਇਹਨਾਂ ਬੋਲੀਆਂ ਵਿੱਚ ਸਾਨੂੰ ਡਬਲ ਜੈਂਡਰ ਕਿਰਿਆਵਾਂ ਮਿਲਦੀਆਂ ਨੇ ਜਿਵੇਂ ਰਾਮ ਕਰੋਤੀ ਸੀਤਾ ਕਰੋਤੀ ਇਹ ਸੰਸਕ੍ਰਿਤ ਰੂਪ ਹੈ ਪੰਜਾਬੀ 'ਚ ਕਹਿੰਦੇ ਅਸੀਂ ਰਾਮ ਕਰਦਾ ਹੈ ਸੀਤਾ ਕਰਦੀ ਹੈ ਤਾਂ ਇਸ ਤਰ੍ਹਾਂ ਇਹ ਸੰਸਕ੍ਰਿਤ ਜਿਹੜੀ ਆ ਸਿੰਗਲ ਜੈਂਡਰ ਕਿਰਿਆ ਮੈਂ ਇਹਦਾ ਨਾਂ ਰੱਖਿਆ ਮੈਂ ਪੰਜਾਬੀ ਨੂੰ ਡਬਲ ਜੈਂਡਰ ਕਿਰਿਆ ਇਹ ਅੱਡ ਅੱਡ ਕੀਤੀਆਂ ਨੇ ਦੋਵੇਂ ਇਹ ਗਰੁੱਪ ਗੁਰਮੁਖੀ ਅਤੇ ਸ਼ਾਹਮੁਖੀ ਅੱਖਰ ਜਿਹੜਾ ਪਹਿਲਾਂ ਵੀ ਮੈਂ ਥੋੜ੍ਹਾ ਜਿਹਾ ਜ਼ਿਕਰ ਕੀਤਾ ਇਹ ਅਕਸਰ ਰੌਲਾ ਪਾਇਆ ਜਾ ਰਿਹਾ ਹੈ ਇੱਕ 1981 ਵਿੱਚ ਮਿੰਟਗੋਮਰੀ ਕਾਲਜ ਵਿੱਚ ਪੰਜਾਬੀ ਕਾਨਫਰੰਸ ਹੋਈ ਸੀ ਮੈਂ ਵੀ ਦੇਖੀ ਉਹ ਕੇਂਦਰੀ ਪੰਜਾਬੀ ਸਭਾ ਦਾ ਡਾਕਟਰ ਸਾਧੂ ਸਿੰਘ ਹਮਦਰਦ ਪ੍ਰਧਾਨ ਸੀ ਉਦੋਂ ਇਹ ਖਾਲਦ ਹੁਸੈਨ ਜੀ ਪੰਜਾਬੀ ਦੇ ਡਾਇਰੈਕਟਰ ਨੇ ਪਿੱਛੇ ਜੇ ਉਹਨਾਂ ਦੀ ਕਿਤਾਬ ਨੂੰ ਇੱਕ ਇਨਾਮ ਵੀ ਮਿਲਿਆ ਮੰਗ ਕੀਤੀ ਕਿ ਪੰਜਾਬੀ ਦੀ ਸ਼ਾਹਮੁਖੀ ਲਿਪੀ ਜਿਹੜੀ ਹੈ ਇਹ ਵੀ ਹੋਣੀ ਚਾਹੀਦੀ ਹੈ ਅਤੇ ਉਹ ਸਾਧੂ ਸਿੰਘ ਮਦਰਦ ਉੱਠੇ ਅਤੇ ਕਹਿੰਦੇ ਜੀ ਇਹ ਨਹੀਂ ਮਨਜ਼ੂਰ ਹੈ ਸਾਨੂੰ ਦੇਖੋ ਇਹ ਕਿੱਡਾ ਅੜਿੱਕਾ ਖੜ੍ਹਾ ਕੀਤਾ ਜਾ ਰਿਹਾ ਜਦੋਂ ਅੰਗਰੇਜ਼ੀ ਤੁਸੀਂ ਪੜ੍ਹਦੇ ਹੋ ਫਿਰ ਇਹ ਵੀ ਸੀ ਤੁਹਾਨੂੰ ਕੌੜੀ ਨਹੀਂ ਲੱਗਦੀ ਜਦੋਂ ਤੁਸੀਂ ਪੰਜਾਬੀ ਪੜ੍ਹਦੇ ਹੋ ਫਿਰ ਊੜਾ ਜਿਹੜਾ ਤੁਹਾਨੂੰ ਮਾੜਾ ਲੱਗਦਾ ਇਹ ਤੁਹਾਡੀ ਜ਼ਹਿਨੀਅਤ ਇਹੋ ਜਿਹੀ ਬਣ ਚੁੱਕੀ ਹੈ ਤੁਹਾਡਾ ਤਸੱਬਰ ਇਹੋ ਜਿਹਾ ਬਣ ਗਿਆ ਕਿ ਨਹੀਂ ਬਈ ਅਸੀਂ ਤਾਂ ਵਿਰੋਧ ਕਰਨਾ ਹੀ ਕਰਨਾ ਇਸ ਦਾ ਲੌਜਿਕ ਤਾਂ ਹੈ ਨਹੀਂ ਨਾ ਇਸ ਗੱਲ ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਓਰੀਐਂਟ ਕਾਲਜ ਖੋਲ੍ਹਿਆ ਤਾਂ ਪੰਜਾਬੀ ਨੂੰ ਗੁਰਮੁਖੀ ਅੱਖਰਾਂ ਵਿੱਚ ਮਨਜ਼ੂਰੀ ਦਿੱਤੀ ਹੈ ਉਸ ਨੂੰ ਵੀ ਨਹੀਂ ਮੰਨਦੇ ਹੈਗੇ ਇਸ ਕਰਕੇ ਇਹ ਜਿਹੜੀ ਗੱਲ ਤੋਰੀ ਹੋਈ ਹੈ ਉਹਨਾਂ ਨੇ ਇਹਦੇ 'ਚ ਕੋਈ ਵਜ਼ਨ ਨਹੀਂ ਜੇ ਅਸੀਂ ਹਿੰਦੀ ਸਿੱਖਦੇ ਹਾਂ ਤਾਂ ਕਾਖਾ ਸਾਨੂੰ ਪੜ੍ਹਨਾ ਹੀ ਪੈਂਦਾ ਜੇ ਅੰਗਰੇਜ਼ੀ ਸਿੱਖਦੇ ਹਾਂ ਅਲਬੇ ਨਾ ਇਹ ਵੀ ਸਿੱਖਣੀ ਹੀ ਪਊਗੀ ਕਿਉਂਕਿ ਉਹਦਾ ਗ੍ਰੈਮੈਟੀਕਲੀ ਢਾਂਚਾ ਹੀ ਇਹੋ ਜਿਹਾ ਬਣਿਆ ਹੋਇਆ ਜੇ ਤੁਸੀਂ ਹੋਰ ਲਿਪੀ 'ਚ ਲਿਖੋਗੇ ਅੰਗਰੇਜ਼ੀ ਪੜ੍ਹਨੀ ਔਖੀ ਹੋ ਜੂ ਤੁਹਾਨੂੰ ਇਸ ਤਰ੍ਹਾਂ ਜਿਹੜੇ ਫਾਰਸੀ ਜਾਂ ਅਰਬੀ ਹੈ ਉਹ ਸੈੱਟ ਉਸ ਤਰ੍ਹਾਂ ਕੀਤੀ ਹੋਈ ਆ ਉਹਦਾ ਦੀ ਦੁਨੀਆਂ ਇਹੋ ਜਿਹੀਆਂ ਸੰਘ ਪਾੜਵੀਆਂ ਜਿਹੀਆਂ ਸਾਨੂੰ ਆਉਂਦੀਆਂ ਨਹੀਂ ਬੋਲਣੀਆਂ ਉਹ ਆ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਨੇ ਇਹ ਕੀਤਾ ਹੋਇਆ ਕਿ 6 ਧੁਨੀਆਂ ਨਵੀਆਂ ਪਾਈਆਂ ਹੋਈਆਂ ਨੇ ਗੁਰਮੁਖੀ ਦੇ ਵਿੱਚ ਜਿਹਦੇ ਕੋਈ ਮਾਡਰਨ ਗੁਰਮੁਖੀ ਕਿਹਾ ਜਾਂਦਾ ਉਹ ਨੇ ਸੱਸੇ ਪੈਰ ਬਿੰਦੀ ਖੱਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜਿਜੇ ਪੈਰ ਬਿੰਦੀ ਫੱਫੇ ਪੈਰ ਬਿੰਦੀ ਇੱਕ ਲੱਲੇ ਪੈਰ ਬਿੰਦੀ ਆ ਚਲੋ ਲੱਲੇ ਪੈਰ ਬਿੰਦੀ ਵਾਲੀ ਤਾਂ ਸਮਝ ਆਉਂਦੀ ਆ ਕਿਉਂਕਿ ਅੰਮ੍ਰਿਤਸਰੀਏ ਵੀ ਇਸ ਨੂੰ ਬੋਲਦੇ ਨੇ ਮਲਵਈ ਵੀ ਬੋਲਦੇ ਨੇ ਪੁਆਧੀਏ ਵੀ ਬੋਲਦੇ ਦੁਆਬੀਏ ਵੀ ਬੋਲਦੇ ਨੇ ਹਾਂ ਇੱਕ ਡਾਕਟਰ ਇੱਕ ਤਾਂ ਦਵਾਈ ਉਹਤੋਂ ਲੈਣ ਗਏ ਮੁੰਡੇ ਨੂੰ ਉਹ ਗੋਲੀ ਕਹੇ ਉਹਨੂੰ ਅਜੇ ਉਹ ਮੈਨੂੰ ਲੱਗਦਾ ਕਿ ਪੋਠੋਹਾਰ ਦੇ ਰਹਿਣ ਵਾਲਾ ਹੋਊਗਾ ਗੋਲੀ ਨਹੀਂ ਜੇ ਦੁਆਬੀਆ ਕੋਈ ਹੋਵੇ ਉਹਨੇ ਗੋਲੀ ਕਹਿਣਾ ਅਤੇ ਉਹ ਕਹਿੰਦੇ ਗੋਲੀ ਸੋ ਇਸ ਤਰ੍ਹਾਂ ਉਹਨਾਂ ਦੀ ਧੁਨੀ ਵਿੱਚ ਇਹ ਚੀਜ਼ ਹੈ ਨਹੀਂ ਇੱਧਰ ਸਾਡੇ ਇਹਨਾਂ ਗਰੁੱਪਾਂ ਵਿੱਚ ਲਾਲੇ ਦੀ ਧੁਨੀ ਹੈ ਹਾਲਾਂਕਿ ਰਿਗਵੇਦ ਵਿੱਚ ਜਿਹੜਾ ਇੱਕ ਮੰਤਰ ਆਉਂਦਾ ਨਾ ਅਗਣੀ ਮੀਲੇ ਪਹਿਲਾ ਜਿਹੜਾ ਮੰਤਰ ਉਹਨਾਂ ਦਾ ਉਹਦੇ ਲੱਲੇ ਦੀ ਧੁਨੀ ਲਾਲੇ ਵਾਲੀ ਹੈ ਵਰਤੀ ਹੋਈ ਆ ਉਹ ਸਾਡੇ ਇੱਕ ਜੀ ਬੀ ਸਿੰਘ
जिन्हें किताब लिखी है वो पाली का जड़ा ला लाले की धुनी है, मैं इनू लाला शब्द ना रखा, को लाले नू ही अड़ाड़ा कही जाता। वो भलिया लोग पाली भी तो अड़ाड़ा है ही नहीं, धुनी है नहीं पाली भी, लाले की धुनी है। देखो वह इंट्रेंस बुक जी पाली की कुछ है ही नहीं, ये तो तुम्हें किमें यह लिया। तो सो इस तरह ये जे कोई सारे जड़े नुक्ते सी 12 ये चर्चा हो गई है। तो हुण टाइम अपना हुण मुक्कण वाला है, तुसीं इस नूं सुनिया मेरे विचारां नूं, तो बहुत शुक्रिया थोड़ा भी, तो प्रबंधकों का भी शुक्रिया, उन्होंने भी टाइम दिता सानू। हाँ जी, सो वाहिगुरू जी खालसा वाहिगुरू। बहुत बहुत धन्यवाद सत्कारयोग सरदार नरजीत सिंह जी, तुसीं बड़े मूलवान विचार जिहड़े साडे नाल सांझे कीते। विद्यार्थी बस 2 मिनट बैठ जाओ, करके बह जा 2 मिनट बह जा, कुछ नहीं हुंदा। तो विद्यार्थियों गल ये है कि जदों भाषा जिहड़ी हुंदी आ ओह उसने समय के नाल नाल चलना हुंदा, तो इदां नहीं हुंदा कि साडा समा अगे वधदा जाए तो भाषा उत्थे दी उत्थे खलुती रहे। भाषा के विच भी कुछ नवा जिहड़ा ना वह जुड़दा जांदा, जिन्हां दी जिस चीज़ की लोड़ नहीं हुंदी, और वह जिहड़ा वह अचेत ही विचों निकलदा जांदा शब्दां दे रूप दे विच, धुनिया के रूप के भी जो है, जब बणतर पक्षों भी भाषा के कुछ ना कुछ जरूर जिहड़ा वह जुड़ता है, और भाषा को समय के हाण की होना ही पैंदा, नहीं तो संस्कृत वांगू भाषा जिहड़ी हैगी मरी हुई लैंग्वेज के जिहड़ी वह तब्दील हो जाएगी, क्योंकि देव भाषा कही जाती संस्कृत जिहड़ी सी वह इन्ने ज़्यादा नियम करने कारण कि उहदे विच किसी दे आउण की संभावना नहीं सी, अज वह डेड लैंग्वेजिस दे विच गिणी जाती, इस करके पंजाबी तां विकास हो सकता, इहदे विच असीं नवीं संभावना जिहड़ियां उहनां नूं आउण दईए, नवें शब्दां नूं विच उहदा इजाफा होना चाहिए जरूर है। अखीर दे विच मैं अपने विभाग के मुखी डॉक्टर सुरिंदरपाल मंड जी नूं कहांगा कि वह अज दे मुख बुलारे और उहनां नाल आए हुए विशेष मेहमान ते तुहाडा सब विद्यार्थियों नूं उहनां दा धन्नवाद करन। डॉक्टर मान साहब थोड़ा जहा हले रुको, एक गल करनी थी। हाँ जी हाँ जी हाँ जी, आओ। जेडे विचार थोड़े सामने पेश किए गए ने उन्हां संबंधी जे कुछ सवाल पूछना चाहते हो तो पूछ सकते हो। किसी दे बेटा कोई सवाल है कि ते तुसी कर सकते हैं, विद्वान शख्सियत साडे विच आए आ और एक वक्खरा विचार लैके आए आ, क्योंकि लकीर दे फकीर बन के सियाने लोग कदी नहीं चलते होंगे। सियाणप इस विच आ कि जिथे लगे कि यह गल ठीक नहीं, गल अड़दी आ, उत्थे रुक जाना चाहिए, तो फिर पुनर्विचार करके उदे बारे जेकर कोई नवी गल तुहानू लगदी कि कीती जा सकती है तो करनी चाहिए है। सो अज दा ये जो लैक्चर साडे बहुत ही सत्कारयोग लेमैन दे नाम दे नाल असीं इन्हां नूं संबोधन करते हैं, चेतन सिंह जी साबका डायरैक्टर भाषा विभाग जिहदे नाल गलबात करते हैं, काफ़ी कुछ जानने वास्ते मिलिया सीगा सरदार नरजीत सिंह होना बारे, और अज इस लैक्चर दे विच सुनिया भी नवे नज़रिए तो पंजाबी भाषा का अध्ययन किया गया, क्योंकि असी हुण तक जो सुनते आ रहे हैं कि संस्कृत, इतों तक कि प्रिंसीपल तेजा सिंह होना ने भी कह दिता सीगा कि जिहड़ी उस समय की भाषा दे विच वेद लिखे गए वो पंजाबी ही सी, क्योंकि पंजाब की धरती के उत्ते वेद लिखे गए, पर वो सारिया जो धारनावान ने उन्होंने रद्द करदे आ अज एक नवा दृष्टिकोण एक नवा विचार तुहाडे सामने पेश किया सरदार नरजीत सिंह होना ने कि पंजाबी भाषा संस्कृत दे विचों पैदा नहीं हुई और उस विकास क्रम के जिहड़ी आ वो अपना ये अज का मौजूदा रूप अख्तियार नहीं करती जिहदी
गल असी वैदिक संस्कृत संस्कृत पाली प्रकृत अपभ्रंशा तो फिर पंजाबी दे अज दे रूप की गल जी आप करते हैं आम तौर पर क्लासा में यही जिहड़ा है वह किताबों के जरिए असी तुहाडे तक भी पहुँचाने पर अज के इस लैक्चर ने सानू सोचण लई फिर मजबूर किया। इसलिए बहुत धन्यवादी हाँ सब तो पहला सरदार नाजर सिंह हुणां दे जिन्हां ने इन्ने रुझेवें दे विच्चों समां कढ़िया। शरीरक तौर पर भावें तुसीं वेखोगे कि लगता है कि बजुर्ग हो गए होणगे पर जज्बा रिसर्च ते हिम्मत जिहड़ी है जो जिहनूं असीं कहिंदे कि किसी वस्तु दे बारे किसी वर्तारे दे बारे चाहे वह भाषाई वर्तारा क्यों ना होवे उहदे बारे जाणन दी जिहड़ी इच्छा प्रबल इच्छा जिहड़ी आ उह पिछले 58 साल तो जी उन्हां दे अंदर चलती है और अज जिस मुकाम ते पहुँचे पंजाबी भाषा का मुढ़ किताब पंजाबी डिपार्टमेंट में अवेलेबल है। तुसीं आके जो मर्जी लाइब्रेरी बैठो पढ़ो उहदियां कापियां होर भी तुहानूं मुहैया करवा देवांगे। एक नवा नज़रिया है पंजाबी भाषा के प्रति एक सोचण वास्ते मजबूर किया उहनूं जरूर पढ़ियो ते अगे जेकर तुसीं तुहाडे सवाल ने जेकर अज नहीं तो तुसीं अपने सवाल पंजाबी डिपार्टमेंट भी नोट करवा दिओ तुहाडे सवाल जिहड़े असीं उन्हां तक पहुँचा देवांगे ते अगले किसी होर प्रोग्राम दे विच भी तुहानूं उहनां दे रूबरू कराउण दा जिहड़ा उह मौका जरूर देवांगे। बहुत बहुत धन्यवाद सर अज विशेष मौके दे उत्ते पहुँचण लई और धन्यवाद करदे हां सरदार चेतन सिंह जी साबका डायरैक्टर भाषा विभाग पंजाब सरदार मल सिंह रंधावा जी रंधावा मसंदा तो एडवोकेट हरप्रीत सिंह जी जमालपुर तो सुरिंदर मकसूदपुरी जी उगे कवि जो कि चले गए ने सरदार फकीर सिंह जी सरदार सुरजीत सिंह जी तो होर बाहरों आए उन्होंने सुनने वास्ते विशेष तौर पर पतवंत सज्जनों पंजाबी विभाग के अध्यापक साहबान पंजाबी भाषा विकास केंद्र के डायरैक्टर डॉक्टर सुखदेव सिंह नागरा जी पंजाबी विभाग के प्रोफेसर डॉक्टर हरजिंदर सिंह सेकों प्रोफेसर कुलदीप सोढ़ी प्रोफेसर प्रीति प्रोफेसर बलराज सिंह बहुत ही प्यारे बच्चों तुसीं अपने रुझेवें चो अपन क्लासा जिहड़ियां ने होर वह छड्ड के इस लैक्चर नूं तरजीह दित्ती तुहाडा भी बहुत बहुत धन्यवाद और असीं तुहाडे तों हमेशा ये उम्मीद करते हैं कि आने वाले समय के भी तुसीं इस तरह लैक्चर सुनने वास्ते जुड़ते रहोगे क्योंकि लायपुर खालसा कॉलेज जलंधर इस तरह के लैक्चर कराने वास्ते हमेशा तत्पर रहिंदा कि जिहदे नाल विद्यार्थियों नूं अकादमिक पढ़ाई के नाल नाल उन्हां दे ज्ञान दे विच होर भी वाधा किया जाता रहे। तुहाडा सब का बहुत बहुत धन्यवाद बहुत बहुत शुक्रिया।